ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ ਗਏ ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ ਗਏ ਚਿੰਤਾ ਉਦਾਸੀ ਲੋਕੋ ਕਿਹਨੂੰ ਆਖਦੇ ਸਾਨੂੰ ਸਭ ਭੁੱਲ ਗਏ। ਭੁਪਿੰਦਰ ਭਾਰਤ ਦਾ ਜੋ ਨਾਵਾਂ ਜ਼ਿੰਦਗੀ ਫਿਨਲੈਂਡੋਂ ਬੋਲਦਾ ਜ਼ਿੰਦਗੀ 'ਚ ਨਿੱਤ ਦਿਨ ਕੀ ਵਾਪਰੇ ਉਹ ਭੇਦ ਖੋਲਦਾ ਉਹਦੇ ਨਾਲ ਸੁਣ ਕੇ ਵਿਦੇਸ਼ਾ ਸਾਹਿਬ ਨੂੰ ਨੇ ਕਪਾਟ ਖੁੱਲ ਗਏ ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ ਗਏ। ਸੁਣੋਗੇ ਠਾਕ ਕੇ ਤੁਸੀਂ ਜਾਣ ਜਾਵੋਗੇ ਲੈ ਵੀ ਸ਼ਮੀ ਆ ਗਿਆ ਸੁਣੋਗੇ ਠਾਕ ਕੇ ਤੁਸੀਂ ਜਾਣ ਜਾਵੋਗੇ ਲੈ ਵੀ ਸ਼ਮੀ ਆ ਗਿਆ ਮਿੱਤਰਾਂ ਨੂੰ ਨਾਲ ਲੈ ਕੇ ਲਾਉਂਦਾ ਮਹਿਫਲਾਂ ਦਿਲਾਂ 'ਤੇ ਛਾ ਗਿਆ ਉਹਦੇ ਜਿਹੇ ਹਾਸੇ ਨਾਲ ਕਿਤੋਂ ਵੀ ਲੱਭ ਦੇ ਜਾਓ ਗੁਲਾਬ ਫੁੱਲ ਦੇ ਫਿਰ ਸਾਡੇ ਆਉਂਦੇ ਨੇਗੇ ਸਾਹ ਵਿਸਲਾ ਜਿਹੜੇ ਪਹਿਲੇ ਵੱਸਦੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਣੇ ਦੇ ਸਾਨੂੰ ਭੇਤ ਦੱਸਦੇ ਵਿੱਚੋਂ ਵਿੱਚ ਆ ਕੇ ਉਹ ਦੇਣੋ ਹੌਸਲਾ ਕਦੇ ਨਾ ਭੁੱਲਦੇ ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ ਕੇ ਕਹਿੰਦੇ ਸੈਂਕੜੇ ਹਜ਼ਾਰਾਂ ਨੇ ਸਰੋਤੇ ਸਾਡੜੇ ਦੂਰੋਂ ਦੂਰੋਂ ਬੋਲਦੇ ਰੇਡੀਓ ਤਰੰਗਾਂ ਆਉਣ ਜਾਣ ਵਾਲੀਆਂ ਦੇ ਵਿੱਚ ਪਿਆਰ ਘੋਲਦੇ ਇਹ ਨੇ ਪਿਆਰੇ ਸਾਨੂੰ ਬੇਸ਼ਕੀਮਤੀ ਹੀਰਿਆਂ ਦੇ ਤੁਲਦੇ ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ ਗਏ ਚਿੰਤਾ ਉਦਾਸੀ ਲੋਕੋ ਕਿਹਨੂੰ ਆਖਦੇ ਸਾਨੂੰ ਸਭ ਭੁੱਲ ਗਏ ਜਦੋਂ ਦੀਆਂ ਤੁਹਾਡੇ ਨਾਲ ਲਾਈਆਂ ਜਾ ਰਹੀਆਂ ਸਾਡੇ ਭਾਗ ਖੁੱਲ ਗਏ। ਜ਼ਿੰਦਗੀ ਨਾਮਾ ਹਾਲ ਏ ਦੁਨੀਆ ਯੂ ਆਰ ਲਿਸਨਿੰਗ ਨਾਓ ਯੋਰ ਓਨ ਦੁਆਬਾ ਰੇਡੀਓ ਵੈਲਕਮ ਆਲ ਲਾਈਵ ਔਨ ਫਿਨਲੈਂਡ ਟਾਈਮ ਮੰਡੇ ਟੂ ਫਰਾਈਡੇ 8 PM Indian time Monday to Friday 10:30 PM Repeat by Indian time next day 12:30 PM Studio number +358 44 976 1962 Join us by WhatsApp call message and call us live in studio Please like us and follow us on Facebook and download Doaba Radio iOS and Android app जी दोस्तों सारे दोस्तों का दुआबा रेडियो के मंच उत्ते निघा स्वागत है जी। मैं तुहाडा दोस्त भुपिंदर भारज लैके हाजिर हाँ दोस्तों। हर रोज़ की तरह प्रोग्राम जिंदगीनामा हाल दुनिया आप सब नूं आदाब सलाम नमस्ते ते प्यार भरी निघी सत श्री अकाल। दोस्तों अज दिन है जी अपना 7 जड़ा अप्रैल का ते समा ते स्थिति की गल करिए इस वक्त जड़ा फिनलैंड दियां घड़ियां दे उत्ते फ्राइडे वाला दिन है जिसनू लोंग फ्राइडे वाले दिन दे नाल भी नां दे नाल जाणिया जांदा है। देशां विदेशां पछमी मुल्कां दी धरती दे उत्ते इसनू वड्डे पद्धर दे उत्ते जड़ा अज दे दिन नू चेता कीता जांदा है क्योंकि अज दे इस दिन दे उत्ते ही जीसस क्राइस्ट जां होर जो ਇਹਨਾਂ ਠੰਡੇ ਮੁਲਕਾਂ ਦੇ ਵਿੱਚ ਹਵਾ ਪਾਣੀ ਪੌਣ ਪਾਣੀ ਸਰਦ ਰੁੱਤ ਦੀ ਸਮਾਪਤੀ ਹੁੰਦੀ ਹੈ ਅਤੇ ਪੀਲੇ ਰੰਗ ਦੇ ਨਾਲ ਖਾਸ ਕਰਕੇ ਚਾਹੇ ਉਹ ਕੁੱਕੜਾਂ ਦੇ ਬੱਚਿਆਂ ਦੇ ਚੂਚੇ ਕੁੱਕੜਾਂ ਦੇ ਚੂਚੇ ਹੋਣ ਜਾਂ ਐੱਗ ਹੋਣ ਈਸਟਰ ਐੱਗ ਹੋਣ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਇਸ ਨੂੰ ਜਿਹੜਾ ਸੈਲੀਬ੍ਰੇਟ ਵੀ ਕੀਤਾ ਜਾਂਦਾ ਹੈ ਅਤੇ ਇਹਨਾਂ ਮੁਲਕਾਂ ਦੇ ਵਿੱਚ ਇਸ ਵਕਤ ਜਿਹੜੀ ਛੁੱਟੀ ਦਾ ਮਾਹੌਲ ਹੁੰਦਾ ਹੈ ਅਤੇ ਵੀਕਐਂਡ ਲੌਂਗ ਵੀਕਐਂਡ ਹੋ ਜਾਂਦਾ ਹੈ। ਇਸੇ ਤਰ੍ਹਾਂ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 8:05 ਘੜੀਆਂ ਦੇ ਉੱਤੇ ਹੋ ਚੁੱਕੇ ਨੇ। 7 April 2023 ਅੱਜ ਦਾ ਦਿਨ ਫਰਾਈਡੇ ਵਾਲਾ ਦਿਨ ਭਾਰਤ ਦਾ ਸਮਾਂ ਰਾਤ ਦੇ 10:00 ਇਸ ਵਕਤ ਜਿਹੜਾ 35 ਘੜੀਆਂ ਦਰਸਾ ਰਹੀਆਂ ਨੇ। UK ਦੇ ਵਿੱਚ ਸ਼ਾਮ ਦੇ 6:05 ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੁਪਹਿਰ ਦਾ ਸਮਾਂ 1:05 ਦਿਖਾ ਰਹੀਆਂ ਨੇ। ਕੈਲੀਫੋਰਨੀਆ ਦੇ ਵਿੱਚ ਅਤੇ ਨਾਲ ਦੀ ਨਾਲ ਵੈਂਕੂਵਰ ਦੇ ਵਿੱਚ ਸਵੇਰ ਦੇ 10:00 ਨੇ। ਸਾਊਦੀ ਅਤੇ ਕੁਵੈਤ ਦਾ ਸਮਾਂ ਇਸ ਵਕਤ ਸ਼ਾਮ ਦੇ 8:05 ਘੜੀਆਂ ਦੇ ਉੱਤੇ ਹੋ ਚੁੱਕਿਆ ਹੈ। ਸਵੀਡਨ ਜਰਮਨੀ ਇਟਲੀ ਫਰਾਂਸ ਡੈਨਮਾਰਕ ਨਾਰਵੇ ਦੇ ਵਿੱਚ ਸਮਾਂ ਅਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 7:05 ਨੇ ਬਜਾ ਰਹੀਆਂ ਨੇ ਜੀ। ਅਤੇ ਮੌਸਮ ਬਹਾਰ ਦੇ ਵਿੱਚ ਜਿਹੜੀ ਗੱਲ ਆਉਂਦੀ ਹੈ ਠੰਡੇ ਮੁਲਕਾਂ ਦੀ ਪੰਛੀ ਜਿਹੜੇ ਫਿਰ ਵਤਨਾਂ ਨੂੰ ਆਉਣ ਲੱਗ ਗਏ ਨੇ ਅਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰਾ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਸਨੋਅ ਜਿਹੜੀ ਮੈਲਟ ਹੋ ਰਹੀ ਹੈ
ਅਤੇ ਨਾਲ ਦੀ ਨਾਲ ਗਰਮੀਆਂ ਦੀ ਜਿਹੜੀ ਸ਼ੁਰੂਆਤ ਦਾ ਜਿਹੜਾ ਆਨੰਦ ਵੀ ਮਾਣ ਰਹੇ ਹੈ। ਨਦੀਆਂ ਜਿਹੜੀਆਂ ਮੈਲਟ ਹੋ ਰਹੀਆਂ ਨੇ, ਬੜੀ ਤੇਜ਼ੀ ਦੇ ਨਾਲ ਵਹਾਅ ਜਿਹੜਾ ਵੱਧ ਰਿਹਾ ਹੈ ਅਤੇ ਪਾਣੀ ਜਿਹੜਾ ਸਮੁੰਦਰਾਂ ਦੇ ਵਿੱਚ ਜਾ ਕੇ ਫਿਰ ਮਿਲੇਗਾ। ਅਤੇ ਇਸੇ ਤਰ੍ਹਾਂ ਹੀ ਦੋਸਤੋ ਤੁਹਾਡਾ ਅਤੇ ਸਾਡਾ ਰਾਬਤਾ ਜਿਹੜਾ ਮਿਲ ਚੁੱਕਿਆ ਹੈ, ਜੁੜ ਚੁੱਕਿਆ ਹੈ। ਸਟੂਡੀਓ ਦਾ ਨੰਬਰ +358 5449 7619 ਰਹੇਗਾ ਜੀ, ਅਤੇ ਸੇਮ ਨੰਬਰ ਹੈ ਦੁਆਬਾ ਰੇਡੀਓ ਦਾ ਸਟੂਡੀਓ, ਫਿਨਲੈਂਡ ਮੰਚ, ਫਿਨਲੈਂਡ ਦਾ ਸਟੂਡੀਓ ਅਤੇ ਦੁਆਬਾ ਰੇਡੀਓ ਦਾ ਮੰਚ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ। ਸਭ ਤੋਂ ਪਹਿਲਾਂ ਆਪਣੇ ਨਾਲ ਅੱਜ ਦੇ ਦਿਨ ਦੇ ਉੱਤੇ ਸਾਡੇ ਸੀਨੀਅਰ ਸਤਿਕਾਰ ਸਤਪਾਲ ਸਿੰਘ ਬਰਾੜ ਸਾਹਿਬ USA ਦੀ ਧਰਤੀ ਤੋਂ ਆਪਣੇ ਨਾਲ ਜੁੜਨਗੇ, ਕੁਝ ਵਿਚਾਰਾਂ ਉਹਨਾਂ ਦੇ ਨਾਲ ਚੱਲਣਗੀਆਂ। ਉਸ ਤੋਂ ਬਾਅਦ ਤੁਹਾਡੇ ਨਾਲ ਅੱਜ ਦਾ ਜਿਹੜਾ ਆਖਰੀ ਭਾਗ ਨਾਵਲ ਦਾ ਹੈ, ਨਾਵਲ ਰੇਤ ਲੜੀਵਾਰ ਜਿਹੜਾ ਅਤੇ ਆਖਰੀ ਭਾਗ ਉਸ ਦੇ ਵਿੱਚੋਂ ਤੁਹਾਡਾ ਸਾਂਝਾ ਕਰਨਾ ਹੈ। ਬਹੁਤ ਛੋਟਾ ਹੀ ਹੈ ਪਾਠ ਅਤੇ 11-12 ਪੰਨੇ ਜਿਹੜੇ ਬਾਕੀ ਬਚੇ ਨੇ। ਉਸ ਤੋਂ ਬਾਅਦ ਨਾਲ ਦੀ ਨਾਲ UK ਦੀ ਧਰਤੀ ਤੋਂ ਹਰਜੀਤ ਟਵਾਲ ਸਾਹਿਬ ਨੂੰ ਨਾਲ ਲੈ ਕੇ ਇਸ ਨਾਵਲ ਬਾਰੇ ਗੱਲਾਂ ਬਾਤਾਂ ਕਰਾਂਗੇ, ਅਤੇ ਉਮੀਦ ਹੈ ਤੁਹਾਡਾ ਵੀ ਯੋਗਦਾਨ ਇਸ ਦੇ ਵਿੱਚ ਵੱਧ ਤੋਂ ਵੱਧ ਰਹੇਗਾ। ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ, ਲਿਖਤੀ ਸੁਨੇਹਾ ਜਾਂ ਤੁਸੀਂ ਕਾਲ ਕਰਕੇ ਜਿਹੜਾ ਸ਼ਾਮਿਲ ਹੋ ਸਕੋਗੇ। ਲਓ ਆਪਾਂ ਕੁਝ ਪਲਾਂ ਦੇ ਵਿੱਚ ਸਵਾਗਤ ਕਰਦੇ ਹਾਂ ਬਰਾੜ ਸਾਹਿਬ ਦਾ, ਅਤੇ ਇਸੇ ਤਰ੍ਹਾਂ ਪ੍ਰੋਗਰਾਮ ਜਿਹੜਾ ਤੁਸੀਂ ਦੁਆਬਾ ਰੇਡੀਓ ਦੇ ਐਪ ਦੇ ਉੱਤੇ, ਐਂਡਰੋਇਡ ਦੇ ਉੱਤੇ ਅਤੇ ਨਾਲ ਦੀ ਨਾਲ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਤੇ ਦੋਸਤਾਂ ਮਿੱਤਰਾਂ ਜਿਹੜੇ ਆਰਾਮ ਦੇ ਨਾਲ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣਨਾ ਚਾਹੁੰਦੇ ਨੇ, TV ਸਕਰੀਨ ਦੇ ਉੱਤੇ ਵੀ ਲਾ ਸਕਦੇ ਨੇ, ਪੂਰਾ ਤੁਸੀਂ TV ਵਾਲਾ ਮਾਹੌਲ ਬਣਾ ਸਕਦੇ ਹੋ। ਅਤੇ YouTube ਦੇ ਉੱਤੇ ਅਤੇ Facebook ਦੇ ਉੱਤੇ ਤੁਹਾਨੂੰ ਪ੍ਰੋਗਰਾਮ ਜਿਹੜਾ ਲਾਈਵ ਮਿਲ ਜਾਏਗਾ, ਦੁਆਬਾ ਰੇਡੀਓ ਦੀ ਜਿਹੜੀ ਆਪਣੀ ID ਹੈ ਜੀ। ਅਤੇ ਇਸੇ ਤਰ੍ਹਾਂ ਹੀ ਜਿਹਨਾਂ ਦੋਸਤਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਅਤੇ Facebook ਨੂੰ ਲਾਈਕ ਨਹੀਂ ਕੀਤਾ, ਫੋਲੋ ਨਹੀਂ ਕੀਤਾ ਜਾਂ ਜੁਆਇਨ ਨਹੀਂ ਕੀਤਾ ਤਾਂ ਜ਼ਰੂਰ ਕਰਨ। ਇਸੇ ਤਰ੍ਹਾਂ ਰਿਕਾਰਡਿੰਗ ਦੇ ਲਈ ਟੈਲੀਗ੍ਰਾਮ ਦੇ ਉੱਤੇ ਤੁਹਾਡੇ ਲਈ ਸਾਂਝ ਪਾ ਦਿੱਤੀ ਜਾਂਦੀ ਹੈ, ਅਪਲੋਡ ਕਰ ਦਿੱਤੇ ਜਾਂਦੇ ਨੇ ਪ੍ਰੋਗਰਾਮ, ਅਤੇ ਸਾਰੇ ਹੀ ਪ੍ਰੋਗਰਾਮ ਜਿਹੜੇ ਸਵੇਰ ਦੇ 8:30 ਤੋਂ ਭਾਰਤੀ ਸਮੇਂ ਦੇ ਅਨੁਸਾਰ ਅਗਲੇ ਦਿਨ ਦੇ ਵਿੱਚ ਨੈਕਸਟ ਡੇ ਦੇ ਵਿੱਚ ਜਿਹੜਾ ਰਿਪੀਟ ਚੱਲਦੇ ਨੇ। ਇਸੇ ਤਰ੍ਹਾਂ ਇੰਡੀਆ ਤੋਂ ਗੁਰਦਾਸਪੁਰ ਦੀ ਧਰਤੀ ਤੋਂ ਲੈ ਕੇ ਆਪਣੇ ਨਾਲ ਜੁੜਦੇ ਨੇ ਪ੍ਰੋਗਰਾਮ ਹਰਬੰਸ ਹਿਓ ਜੀ, ਅਤੇ ਨਾਲ ਦੀ ਨਾਲ ਸ਼ਰਮਾ ਸਾਹਿਬ ਅਤੇ ਉਸ ਨਾਲ ਸੰਚਾਲਕ ਕਰਦੇ ਨੇ ਸੰਚਾਲਨ ਆਪਣੇ ਗੁਰਦਾਸਪੁਰ ਦੀ ਧਰਤੀ ਤੋਂ ਸਰਬਜੀਤ ਚਾਲ ਜੀ। ਸ਼ਾਮ ਦੇ ਸਮੇਂ ਦੇ ਵਿੱਚ 7-8 ਪ੍ਰੋਗਰਾਮ ਸੁਣਦੇ ਹੋ। ਇਸੇ ਤਰ੍ਹਾਂ ਵੀਕੈਂਡ ਦੇ ਵਿੱਚ ਐਤਵਾਰ ਨੂੰ ਅਤੇ ਸੋਮਵਾਰ ਨੂੰ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਨੇ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ, ਅਤੇ ਤੁਸੀਂ ਭਰਪੂਰ ਜਿਹੜਾ ਆਨੰਦ ਮਾਣਦੇ ਹੋ ਅਤੇ ਮਾਣ ਸਕਦੇ ਹੋ। ਅਤੇ ਲਓ ਦੋਸਤੋ, ਇਹ ਸਨ ਜਾਣਕਾਰੀਆਂ, ਅਤੇ ਨਾਲ ਦੀ ਨਾਲ ਟਾਈਮ ਹੋ ਗਿਆ ਆਪਣਾ ਸਮਾਂ ਜਿਹੜਾ ਬਰਾੜ ਸਾਹਿਬ ਨੂੰ ਨਾਲ ਜੋੜਨ ਦਾ, ਉਹਨਾਂ ਨੂੰ ਲੈਂਦੇ ਹਾਂ ਨਾਲ। ਅਤੇ ਸਾਨੂੰ ਜਿਹੜਾ ਦੁਆਬਾ ਰੇਡੀਓ ਦੇ ਮੰਚ ਨੂੰ ਸਪੋਰਟ ਕੀਤਾ ਹੈ, ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਜਗਦੇਵ ਸੰਧੂ ਜੀ, ਸੁਰਿੰਦਰ ਕੌਰ ਮਾਹਲ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਸੁਮਿਤ ਜੌਹਲ ਜੀ ਅਤੇ ਨਾਰ ਸਿੰਘ ਸੋਹੀ ਸਾਹਿਬ ਅਤੇ ਯਾਦਵਿੰਦਰ ਵਿਦੇਸ਼ਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਇਸੇ ਤਰ੍ਹਾਂ ਤੁਸੀਂ ਵੀ ਇਸ ਦਾ ਹਿੱਸਾ ਬਣ ਸਕਦੇ ਹੋ, ਦੁਆਬਾ ਰੇਡੀਓ .com ਵੈਬਸਾਈਟ ਦੇ ਉੱਤੇ ਜਾ ਕੇ ਪੇਪਾਲ ਦੇ ਜ਼ਰੀਏ ਯੋਗਦਾਨ ਜਿਹੜਾ ਸਬਸਕ੍ਰਿਪਸ਼ਨ ਲੈ ਸਕਦੇ ਹੋ। ਅਤੇ ਜਿਹੜੇ ਦੋਸਤ ਆਪਣਾ ਕਾਰੋਬਾਰ ਕਰਦੇ ਨੇ, ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ, ਮਸ਼ਹੂਰੀ, ਪ੍ਰਮੋਸ਼ਨ ਕਰਾਉਣਾ ਚਾਹੁੰਦੇ ਨੇ, ਉਹਨਾਂ ਦੋਸਤਾਂ ਦਾ ਵੀ ਨਿੱਘਾ ਸਵਾਗਤ ਹੈ ਆਪਣੇ ਲਈ। ਬਰਾੜ ਸਾਹਿਬ 30-40 ਮਿੰਟ ਦੇ ਆਪਣੇ ਨਾਲ ਜੁੜਨਗੇ, ਅਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਚੱਲਣਗੀਆਂ, ਸਿਲਸਿਲਾ ਚਲਾਵਾਂਗੇ। ਖਬਰਾਂ ਦੇ ਉੱਤੇ ਵੀ ਨਾਲ ਦੀ ਨਾਲ ਇੰਟਰਨੈਸ਼ਨਲ ਦੇ ਵਿੱਚ ਬਾਅਦ ਦੇ ਵਿੱਚ ਆਪਾਂ ਝਾਤ ਜ਼ਰੂਰ ਮਾਰਾਂਗੇ, ਅਤੇ ਪਹਿਲਾਂ ਜਿਹੜੀਆਂ ਡਿਸਕਸ਼ਨ ਜਾਂ ਕੁਝ ਧਿਆਨ ਮੰਗਣ ਵਾਲੀਆਂ ਖਬਰਾਂ ਨੇ ਉਹਨਾਂ ਦੇ ਵੱਲ ਝਾਤ ਜ਼ਰੂਰ ਪਾਉਂਦੇ ਹਾਂ। ਅਤੇ ਬਰਾੜ ਸਾਹਿਬ ਨੂੰ ਜਿਹੜੀ ਘੰਟੀ ਆਪਾਂ ਅੱਜ ਜ਼ਰੂਰ USA ਦੇ ਵਿੱਚ ਖੜਕਾਉਂਦੇ ਹਾਂ। ਸਟੂਡੀਓ ਦਾ ਨੰਬਰ, ਅਤੇ ਨਾਲ ਦੀ ਨਾਲ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਪ੍ਰੋਗਰਾਮਾਂ ਨੂੰ ਜੇ ਅੱਗੇ ਚੰਗੇ ਲੱਗਦੇ ਨੇ। +358 5449 7619 ਸਟੂਡੀਓ ਦਾ ਜਿਹੜਾ ਨੰਬਰ ਹੈ ਜੀ। ਅਤੇ ਇਸੇ ਤਰ੍ਹਾਂ ਜਿਹੜਾ ਮੈਂ ਕੋਸ਼ਿਸ਼ ਕਰ ਰਿਹਾ, ਸ਼ਾਇਦ ਮੇਰੇ ਕੋਈ ਨੈੱਟਵਰਕ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਜਾਂ ਫਿਰ ਕੋਈ ਤੰਗੀ ਪਰੇਸ਼ਾਨੀ ਲੱਗ ਰਹੀ ਹੈ। ਲਓ ਜੀ, ਤਾਰਾਂ ਜੁੜ ਚੁੱਕੀਆਂ ਨੇ USA ਨੂੰ, ਅਤੇ ਕਰਦੇ ਹਾਂ ਆਪਾਂ ਬਰਾੜ ਸਾਹਿਬ ਦਾ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਜੀ, ਆਨੂੰ ਜੀ ਜੀ, ਕੀ ਹਾਲ ਚਾਲ ਨੇ ਜੀ? ਬਹੁਤ ਬਹੁਤ ਧੰਨਵਾਦ ਭੁਪਿੰਦਰ ਜੀ, ਮੇਰੇ ਵੱਲੋਂ ਵੀ ਆਪ ਜੀ ਨੂੰ, ਸਮੁੱਚੀ ਟੀਮ ਨੂੰ ਅਤੇ ਸਾਡੇ ਸਾਰੇ ਹੀ ਮਾਣ ਮੱਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਅਤੇ ਮੌਸਮ ਬਹਾਰ ਕਿਵੇਂ ਆ ਜੀ? ਰੁੱਤ ਬਦਲ ਰਹੀ ਹੈ ਇੱਥੇ ਵੀ, ਅਤੇ ਪੰਛੀਆਂ ਦੀ ਜਿਹੜੀ ਵਾਪਸੀ ਆਪਣੇ ਆਪਣੇ ਜਿਹੜੇ ਆਲਣਿਆਂ ਜਾਂ ਆਪਣੇ ਘਰਾਂ ਨੂੰ ਹੋ ਰਹੀ ਹੈ, ਜਿਵੇਂ ਪਰਦੇਸੀ ਪੰਜਾਬ ਨੂੰ ਫੇਰੀ ਮਾਰਦੇ ਨੇ, ਇਸੇ ਤਰ੍ਹਾਂ ਪ੍ਰਵਾਸੀ ਪੰਛੀ ਵੀ ਜਿਹੜੇ ਘੁੰਮ ਫਿਰ ਕੇ ਫਿਰ ਸੰਸਾਰ ਨੂੰ ਵਾਪਸ ਆਪਣੇ ਆਲਣਿਆਂ ਦੇ ਵਿੱਚ ਆ ਵਸਦੇ ਨੇ। ਕਿਹੋ ਜੀ ਰੁੱਤ ਹੈ ਜੀ? ਰੁੱਤ ਬਹੁਤ ਸੋਹਣੀ ਚੱਲ ਰਹੀ ਹੈ ਭੁਪਿੰਦਰ ਜੀ। ਅਪ੍ਰੈਲ ਮਹੀਨੇ ਦੀ 7 ਤਰੀਕ ਹੋ ਗਈ ਆ, ਸਪਰਿੰਗ ਟਾਈਮ ਚੱਲ ਰਿਹਾ ਜੀ। ਦਰਖਤਾਂ ਦਾ ਮੁੜ ਤੋਂ ਪੁੰਗਰਨਾ ਸ਼ੁਰੂ ਹੋ ਚੁੱਕਿਆ ਜੀ।
सो अजे तक वेदर दे विच कोई उस तरह दी नहीं कह सकदे अपसाइड डाउन वाली गल, नॉर्मल जी वर्ता रही चल रहा है जी। बिल्कुल जी। ते बराड़ साहब, सब तो पहला अमरीका तो शुरू करदे हां। आखिरकार ट्रंप साहब दियां जिहड़ियां तंगियां परेशानियां वधदियां भी नज़र आउंदियां ने, चाहे कोर्ट दे विच उहनां ने कहा है कि मैं ये चीज़ मानदा नहीं हाँ, पर फिर भी उहनां नूं आत्म समर्पण भी करना पिया, जां होर सारियां चीज़ां चलियां, फिंगरप्रिंट भी होए ने, ते नाल दे नाल दिसंबर दी 4 जिहड़ी अगली तारीख जिहड़ी है उहनां दी कोर्ट ने रखी है। ते किवें देखदे हो सारा सिलसिला, 24 दे विच जिहड़ियां चोणां होणगियां, किहो जिहा प्रभाव पएगा? निक्की होणी के आपणा जिहड़ा हल्ला जरूर मार जाणगे ट्रंप साहब, पिछे रहिण दी उम्मीद लंघदी है जी? भुपिंदर जी, सबका राष्ट्रपति डोनाल्ड ट्रंप है, उन्होंने 43 उन्हां ते चार्जेस लगे है, जिन्हां दे अधीन उन्होंने कोर्ट दे विच कल्ली हथकड़ी नहीं लाई, बाकी सारे सारा प्रोसेस किया गया। जी और ये बड़ी नमोशी वाली गल है, अमरीका दे इतिहास दे विच पहली बार होया कि जी किसी राष्ट्रपति नूं इस तरह की स्थिति विच गुजरना पवे, बिल्कुल जी लेकिन ये हो चुका है, हिस्ट्री बन चुकी है। जी और वो चार्जेस कोई उस तरह के चार्ज नहीं जिन्हां नूं लैके वो दोबारा माण मत्ते तरीके नाल चोण मैदान च जा सकते हैं। जी उहदे विच एक पोर्न स्टार डेनियल स्टॉर्म नूं 1,30,000 डॉलर की पेमेंट का रौला जी है। उहदे विच प्रोसीक्यूटर ये कहने दे विच कामयाब हो गया उहनूं चार्ज लाउण दे कि इलेक्शन 2016 दी वेले इहदा मूंह बंद करन लई इहनूं इह एक रिश्वत दे तौर ते दित्ती गई सी, जी और इह पेमेंट उहनां ने अटॉर्नी वल्लों कीती गई सीगी। जी उदों बाद उहनूं रीएमबर्स कीती गई है, ओह जो राष्ट्रपति है साबका डोनाल्ड ट्रंप ओहदे जी वल्लों एक्सपेंसिस ते लीगल फीस दे तौर ते, हाँ जी लेकिन काहदी लीगल फीस काहदा एक्सपेंसिस उहने टैक्स दे फार्मा च किते नहीं बखाया। जी इसी तरह ही उहनां वल्लों होर भी बिजनेस दे काले माले करन, सो ईवन के उहनां ने इलेक्शन दे विच भी फ्रॉड वर्तन तक दे चार्जेस लाए है, जिहड़ा कि फेडरल क्राइम है। जी जेकर इस तरह का माहौल सरज के जूरी कोले केस जांदा है जी तां ये डोनाल्ड ट्रंप लई ये कोई शुभ खबर नहीं गी। बिल्कुल जी सियासी तौर ते इहदा की प्रभाव पैंदा ये अजे वेखणा है, लेकिन ट्रंप दे जो चाहुण वाले है वो सोचदे कि इहनां नूं दबाया जाएगा, जी लेकिन जो माहौल सियासी हुंदा है उहदे हमेशा ही दूहरे हत्थ निकलदे हुंदे आ, उहनां दे चाहुण वाले सरगर्म हो जांदे आ जी जो कि उन्हां नूं राजसी तौर ते नुकसान होण दीआं संभावनावां भी वध जांदीआं। बिल्कुल जी लेकिन अमरीका का जो पोलिटिकल प्रोसेस है उहदे मुताबिक अजे प्रेजिडेंट साबका प्रेजिडेंट ट्रंप है जी उन्हां ने नॉमीनेशन दे प्रोसेस वे दी लंघना है, जी जिहदे अधीन उन्हां नूं अपनी पार्टी दे उम्मीदवारां नाल बहस भी करनी पै सकदी है, जी उन्हां नाल स्टेज ते पब्लिक प्रेजेंटेशन भी करनी पै जांदी है, जी और उस मौके जदों इस तरह के दोष ओहदे ते उहनां दी आपदी पार्टी लाऊगी जी तां ओहदे नाल उहनां दे करैक्टर ते ओह दाग लगणगे, ओह जख्म होणगे उहनां दे करैक्टर ते, जिन्हां नूं जदों डेमोक्रेट पार्टी दे तौर ते जेकर कल नूं उहनां नूं नॉमीनेशन मिल जांदी है जी तां उहनां ते उहनां जख्मां ते फिर डेमोक्रेट पार्टी वाले नूण भुगतणगे। बिल्कुल जी सो ये जो प्रक्रिया है किधर नूं जांदी है अजे समा पिया, क्योंकि राजनीति दे विच टाइम इज एवरीथिंग, बिल्कुल जी समय दे नाल मुद्दयां दी कीमत हुंदी है, समय दे नाल उहनां दी कोई कीमत नहीं हुंदी। जी अमरीकन लोक किधर नूं झुकदे आ इहदे विच दो रावां नहीं, कि जेकर राष्ट्रपति बाइडन प्रेजिडेंट दे तौर ते खड़दे आ दोबारा जी तां उहनां दे अगेंस्ट ट्रंप आउंदा तां प्रेजिडेंट बाइडन दे विच जी एज फैक्टर करके, इकोनॉमी फैक्टर करके, रिसेशन करके उन्हां दी चोण नूं भी वड्डिया अड़िक्कियां दा सामना करना पै सकदा, जी क्योंकि प्रेजिडेंट ट्रंप दी जो परफॉर्मेंस है एज ए प्रेजिडेंट, वो
ਜੀ ਉਹ ਫਾਈਨੈਂਸ ਦੇ ਤੌਰ ਤੇ ਇੱਕ ਚੰਗੇ ਪ੍ਰੈਜ਼ੀਡੈਂਟ ਦੇ ਤੌਰ ਤੇ ਹੋਈ ਆ। ਜੀ ਜੇਕਰ ਉਹਨਾਂ 'ਚ ਕੋਈ ਨੈਗੇਟਿਵਿਟੀ ਆਈ ਸੀ ਤਾਂ ਉਹ ਉਹਨਾਂ ਦਾ ਬੋਲਬਲਾਰਾ ਤੇ ਉਹਨਾਂ ਦਾ ਡੋਮੈਸਟਿਕ ਤੌਰ ਤੇ ਵਿਚਰਨਾ ਸੀ, ਜਦੋਂ ਕਿ ਇੰਟਰਨੈਸ਼ਨਲ ਲੈਵਲ ਤੇ ਅਮਰੀਕਾ ਦੇ ਵਿੱਚ ਉਹਨਾਂ ਦੀ ਪਾਲਿਸੀ ਨੂੰ ਐਪਰੀਸ਼ੀਏਟ ਕੀਤਾ ਗਿਆ। ਜੀ ਸੋ ਅਜੇ ਸਮਾਂ ਪਿਆ, ਇਹ ਕਹਾਣੀ ਕਿੱਧਰ ਨੂੰ ਜਾਂਦੀ ਆ, ਇਹ ਸਮੇਂ ਤੋਂ ਪਹਿਲਾਂ ਦੀ ਗੱਲ ਆ, ਅਜੇ ਕੋਈ ਵੀ ਅੰਦਾਜ਼ਾ ਲਾਉਣਾ ਮੁਸ਼ਕਲ ਆ। ਜੀ ਬਿਲਕੁਲ ਜੀ। ਅਤੇ ਬਰਾੜ ਸਾਹਿਬ, ਪੰਜਾਬ ਦੀ ਗੱਲ ਕਰਦੇ ਹਾਂ, ਪਿਛਲੇ ਸਮੇਂ ਦੇ ਵਿੱਚ ਚਾਹੇ ਜਿਹੋ ਜਿਹੀਆਂ ਵੀ ਗੱਲਾਂ ਬਾਤਾਂ ਹੋਈਆਂ ਨੇ, ਪਹਿਲਾਂ ਆਪਾਂ ਗੱਲ ਕਰਦੇ ਹਾਂ ਦਮਦਮਾ ਸਾਹਿਬ ਵਿਖੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਸੱਦੀ ਸੀ ਜੀ ਪੱਤਰਕਾਰਾਂ ਦੀ ਮਿਲਣੀ, ਅਤੇ ਉਹਦੇ ਵਿੱਚ ਕੁਝ ਅਹਿਮ ਜਿਹੜੇ ਖੁਲਾਸੇ ਕੀਤੇ ਗਏ ਨੇ ਜਾਂ ਐਲਾਨ ਕੀਤੇ ਗਏ ਨੇ, ਉਹਦੇ ਬਾਰੇ ਕੀ ਨਵੀਂ ਅਪਡੇਟ ਹੈ ਜੀ? ਭੁਪਿੰਦਰ ਜੀ, ਅੱਜ 7 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੋ ਕਾਰਜਕਾਰੀ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਵੱਲੋਂ ਇੱਕ ਬੜੀ ਅਹਿਮ ਮੀਟਿੰਗ ਸੱਦੀ ਗਈ। ਜੀ ਇਸ ਮੀਟਿੰਗ ਦਾ ਐਲਾਨ ਉਹਨਾਂ ਨੇ ਪਹਿਲਾਂ ਹੀ ਕੀਤਾ ਹੋਇਆ ਸੀ, ਔਰ ਇਸ ਇਕੱਠ ਦੇ ਵਿੱਚ ਉਹਨਾਂ ਨੇ ਮੀਡੀਆ ਨਾਲ ਜੁੜੇ ਸਾਰੇ ਜੋ ਵੱਡੇ ਚੈਨਲਸ ਹੈ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ, ਔਰ ਨਾਲ ਉਹਨਾਂ ਦੇ ਵਿਚਾਰ ਸੁਣਨ ਲਈ ਵੀ ਉਹਨਾਂ ਨੇ ਇੱਕ ਜੋ ਪ੍ਰੋਗਰਾਮ ਸੀ ਉਹਦਾ ਆਯੋਜਨ ਕੀਤਾ ਸੀ। ਬਿਲਕੁਲ ਜੀ। ਲੇਕਿਨ ਜੋ ਪੰਜਾਬ ਦਾ ਮਾਹੌਲ ਹੁਣ ਬਣਿਆ ਹੋਇਆ ਜੀ, ਉਹਦੇ ਨਾਲ ਹੀ ਵੱਖ ਵੱਖ ਅਫਵਾਹਾਂ ਗਰਮ ਹੋਈਆਂ। ਕੋਈ ਕਿਸੇ ਨੇ ਇਹ ਕਿਹਾ ਕਿ ਇੱਥੇ ਭਾਈ ਅੰਮ੍ਰਿਤਪਾਲ ਸਿੰਘ ਆ ਉਹ ਸਰੈਂਡਰ ਕਰੂਗਾ। ਜੀ ਕੁਛ ਵੀ ਹੋਵੇ, ਦਮਦਮਾ ਸਾਹਿਬ ਨੂੰ ਅੱਜ ਪੁਲਿਸ ਛਾਉਣੀ ਤਬਦੀਲ ਕਰਤਾ ਸੀ, ਉੱਥੇ ਫਲੈਗ ਮਾਰਚ ਕੀਤਾ ਗਿਆ। ਜੀ ਔਰ ਇਹ ਐਗਜੈਕਟ ਇਸੇ ਤੇ ਜਥੇਦਾਰ ਸਾਹਿਬ ਨੇ ਜੋ ਮੁੱਦਾ ਸੀ ਉਹਨਾਂ ਦਾ ਕਿ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਕੇ ਜੀ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਜੀ ਔਰ ਉਹਨਾਂ ਨੇ ਇਸ ਗੱਲ ਨੂੰ ਹੋਰ ਵਧਾਉਂਦਿਆਂ ਇਹ ਇੱਕ ਵੱਡਾ ਦੋਸ਼ ਲਾਇਆ ਕਿ ਇੱਕ ਸਾਜਿਸ਼ ਅਧੀਨ ਕੀਤਾ ਜਾ ਰਿਹਾ। ਜੀ ਉਹਦੇ ਵਿੱਚ ਉਹਨਾਂ ਨੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਕਰੜੇ ਹੱਥੀ ਲਿਆ ਜੀ, ਔਰ ਉਹਨਾਂ ਨੂੰ ਇੱਥੋਂ ਤੱਕ ਕਿਹਾ ਕਿ ਤੁਸੀਂ ਵੀ ਬਦਨਾਮ ਪੰਜਾਬ ਅਤੇ ਕੌਮ ਨੂੰ ਬਦਨਾਮ ਕਰਦੇ ਦੋਸ਼ੀ ਠਹਿਰਾਏ ਜਾਓਗੇ। ਜੀ ਇਹਦੇ ਨਾਲ ਹੀ ਉਹਨਾਂ ਨੇ ਸਿੱਖ ਬੁੱਧੀਜੀਵੀਆਂ ਅਤੇ ਖਾਸ ਤੌਰ ਤੇ ਮੀਡੀਆ ਜਿਹੜੀਆਂ ਕੀਤਾ ਜੀ ਉਹਨਾਂ ਨੂੰ ਇੱਕ ਵੱਡਾ ਸਵਾਲ ਕੀਤਾ ਕਿ ਅੱਜ ਦਾ ਸਮਾਂ ਹੈ ਜੋ ਇਸ ਮੌਕੇ ਸਿੱਖ ਕੌਮ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਜਦੋਂ ਮੀਡੀਆ ਦੇ ਵਿੱਚ ਉਹਦੀ ਪ੍ਰੈਜੈਂਟੇਸ਼ਨ ਇੱਕ ਲੈਗ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ ਤਾਂ ਉਹ ਕੀ ਕਰ ਰਹੇ ਆ ਜੀ, ਔਰ ਉਸ ਦੇ ਨਾਲ ਹੀ ਜਥੇਦਾਰ ਸਾਹਿਬ ਨੂੰ ਵੀ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜੀ ਕਿ ਜੋ ਤੁਸੀਂ SGPC ਨੂੰ ਲਾਸੂਟ ਕਰਨ ਲਈ ਕਿਹਾ ਸੀਗਾ ਉਹਦਾ ਕੀ ਬਣਿਆ। ਜੀ ਉਸ ਮੌਕੇ ਫਿਰ ਜਥੇਦਾਰ ਸਾਹਿਬ ਨੇ SGPC ਨੂੰ ਵੀ ਕੜੇ ਹੱਥੀ ਲਿਆ, ਉਹਨਾਂ ਨੇ ਇਸ ਵਾਰ ਸ਼ਬਦ ਵਰਤੇ ਇੱਕ ਆਦੇਸ਼ ਦਿੱਤਾ ਜੀ SGPC ਵਕੀਲਾਂ ਦਾ ਪੈਨਲ ਤਿਆਰ ਕਰੇ, ਉਹਨਾਂ ਮੀਡੀਆ ਚੈਨਲਸ ਨੂੰ ਉਹਨਾਂ ਆਊਟਲੈਟਸ ਨੂੰ ਕਾਨੂੰਨ ਦੇ ਦਾਇਰੇ ਵਿੱਚ ਘੜੀਸੇ ਤਾਂ ਕਿ ਇਸ ਪ੍ਰਕਿਰਿਆ ਨੂੰ ਰੋਕਿਆ ਜਾ ਸਕੇ। ਉਹਨਾਂ ਨੇ ਅੱਜ ਤੱਕ ਚੈਨਲ ਆ ਉਹਦਾ ਸਿੱਧੇ ਤੌਰ ਤੇ ਨਾਮ ਹੀ ਲਿਆ। ਜੀ ਸੋ ਇਸ ਮਾਮਲੇ ਤੇ ਜੇਕਰ ਆਪਾਂ ਟਿੱਪਣੀ ਕਰਨੀ ਹੋਵੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਪਹਿਲੀ ਵਾਰ ਹੋਇਆ ਜੀ ਕਿ 84 ਤੋਂ ਲੈ ਕੇ ਹੁਣ ਤੱਕ ਜੀ ਇਸ ਮੁੱਦੇ ਤੇ ਅਸੀਂ ਕੋਈ ਕਦਮ ਨਹੀਂ ਚੱਕਿਆ। ਜੀ 84 ਜੂਨ 84 ਤੋਂ ਪਹਿਲਾਂ ਜਿਸ ਤਰ੍ਹਾਂ ਸਿੱਖਾਂ ਨੂੰ ਪ੍ਰਚਾਰਿਆ ਗਿਆ, ਉਹਨਾਂ ਨੂੰ ਆਨੰਦਪੁਰ ਸਾਹਿਬ ਦੇ ਮਤੇ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ, ਜੀ ਫਿਰ ਰਾਜੀਵ ਗਾਂਧੀ ਵੱਲੋਂ ਉਸ ਉੱਤੇ ਇਲੈਕਸ਼ਨ ਲੜੀ ਗਈ ਇੱਕ ਸਿੱਖਾਂ ਨੂੰ ਵੱਤਵਾਦੀ ਅੱਤਵਾਦੀ ਵੱਖਵਾਦੀ ਕਹਿ ਕੇ, ਜੀ ਲੇਕਿਨ ਪੰਜਾਬ ਦੇ ਵਿੱਚ ਤਾਂ ਉਸ ਮੌਕੇ ਜੋ ਹਾਲਾਤ ਸੀ ਪੰਜਾਬ ਫੌਜ ਦੇ ਅੰਡਰ ਸੀ, ਲੇਕਿਨ ਨੈਸ਼ਨਲ ਮੀਡੀਆ ਤੇ ਵੀ ਸਾਡੇ ਹੱਕ ਵਿੱਚ ਪੰਜਾਬ ਦੇ ਹੱਕ ਵਿੱਚ ਸਿੱਖਾਂ ਦੇ ਹੱਕ ਵਿੱਚ ਕੋਈ ਨਾਰਾ ਨਹੀਂ ਮਾਰਿਆ ਜੀ, ਔਰ ਨਾ ਹੀ ਉਸ ਮੌਕੇ ਜੋ ਜਥੇਦਾਰ ਹੁੰਦੇ ਸੀ ਅਕਾਲ ਤਖ਼ਤ ਦੇ ਉਸ ਸਮੇਂ ਦੇ ਉਸ ਤਰ੍ਹਾਂ ਹਾਣੀ ਹੁੰਦੇ ਸੀ। ਜੀ ਲੇਕਿਨ ਹੁਣ ਜੋ ਜਥੇਦਾਰ ਹਰਪ੍ਰੀਤ ਸਿੰਘ ਹੈ ਇਹ ਬੜੇ ਵੈਲ ਐਜੂਕੇਟਡ ਹੈ, PhD ਕੀਤੀ ਹੋਈ ਉਹਨਾਂ ਨੇ, ਔਰ ਬਾਕੀ ਵੀ ਮੌਜੂਦਾ ਹਾਲਾਤਾਂ ਦੇ ਵਿੱਚ ਕਾਫੀ ਵਧੀਆ ਸਮਝ ਰੱਖਦੇ ਆ ਜੀ, ਉਹਨਾਂ ਵੱਲੋਂ ਇਸ ਮੌਕੇ ਇਸ ਰੋਗ ਨੂੰ ਇਸ ਤਰ੍ਹਾਂ ਅਸੀਂ ਕਹਾਂਗੇ ਡਾਇਗਨੋਜ਼ ਕਰਨਾ, ਉਹਦੇ ਇਲਾਜ ਲਈ ਕੌਮ ਨੂੰ ਸੇਧ ਦੇਣੀ, ਇਹ ਇੱਕ ਬਹੁਤ ਵੱਡੀ ਗੱਲ ਹੈ ਜੀ। ਔਰ ਇਹਦੇ ਨਾਲ ਭੁਪਿੰਦਰ ਜੀ ਆਪਾਂ ਇੱਕ ਟਿੱਪਣੀ ਇਹ ਵੀ ਐਡ ਕਰਾਂਗੇ ਕਿ
ਅਸੀਂ ਸਮਾਂ ਲੰਘਣ ਤੋਂ ਬਾਅਦ ਜ਼ਰੂਰ ਰੌਲਾ ਪਾਉਂਦੇ ਸਾਨੂੰ ਬਦਨਾਮ ਕੀਤਾ ਜਾ ਰਿਹਾ। ਜੀ ਅੰਮ੍ਰਿਤਪਾਲ ਸਿੰਘ ਜੋ ਵਰਤਾਰਾ ਕਰ ਰਹੇ ਸੀ ਉਹ ਸਭ ਦੇ ਸਾਹਮਣੇ ਸੀ, ਬਿਲਕੁਲ ਜੀ। ਸਮੇਂ ਸਿਰ ਉਹਨੂੰ ਕਿਉਂ ਨਹੀਂ ਟੋਕਿਆ ਗਿਆ? ਜੀ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਅਸੀਂ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਕਿ ਸਾਡੇ ਨਾਲ ਦੇਸ਼ ਦੇ ਵਿੱਚ ਸਾਡੀ ਪ੍ਰੈਜੈਂਟੇਸ਼ਨ ਹੈ ਜੋ ਖਲੈਕ ਤੌਰ ਤੇ ਕੀਤੀ ਜਾਂਦੀ ਹੈ ਉਹਦਾ ਸਾਡੇ ਤੇ ਬਹੁਤ ਮਾੜਾ ਅਸਰ ਪੈਂਦਾ, ਦੇਸ਼ਾਂ ਵਿਦੇਸ਼ਾਂ ਵਿੱਚ ਪੈਂਦਾ। ਬਿਲਕੁਲ ਜੀ। ਪਰ ਜਦੋਂ ਅਸੀਂ ਆਪ ਅੰਬੈਸੀ ਦੇ ਵਿਦੇਸ਼ਾਂ ਦੇ ਵਿੱਚ ਅੰਬੈਸੀਆਂ ਭਾਂਦੇ ਆ ਜੀ ਤੇ ਅੰਬੈਸੀ ਦੇ ਜੋ ਕਰਮਚਾਰੀ ਹੈ ਉਹਨਾਂ ਨਾਲ ਜੋ ਅਸੀਂ ਵਿਵਹਾਰ ਕਰਦੇ ਹਾਂ ਜੀ, ਜਾਂ ਅਸੀਂ ਕਿਸੇ ਗੈਰ ਸਿੱਖ ਨੂੰ ਇਸ ਤਰ੍ਹਾਂ ਟ੍ਰੀਟ ਕਰਦੇ ਹਾਂ ਉਸ ਇਕੱਠ ਦੇ ਵਿੱਚ ਜੀ, ਉਦੋਂ ਵੀ ਸਾਡੀ ਛਵੀ ਨੂੰ ਬਹੁਤ ਮਾੜਾ ਅਸਰ ਪੈਂਦਾ, ਸਾਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਜੀ। ਇਹ ਮੁੱਦਾ ਹੈ ਜਿਹੜਾ, ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜਾ ਸਿੱਖ ਭਾਈਚਾਰਾ ਹੈ ਜੀ ਉਹ ਦੁਨੀਆਂ ਭਰ ਦੇ ਵਿੱਚ ਫੈਲਿਆ ਹੋਇਆ ਜੀ, ਇਹ ਹੁਣ ਉਹ ਸਮਾਂ ਨਹੀਂ ਰਹਿ ਗਿਆ ਕਿ ਅਸੀਂ ਇੱਕ ਮੂਕ ਦਰਸ਼ਕ ਬਣ ਕੇ ਵੇਹਦੇ ਰਹੀਏ ਜੀ, ਚਲੋ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ। ਆਪਣੇ ਇਸ ਚੈਨਲ ਤੇ ਆਪਾਂ ਸ਼ੁਰੂ ਤੋਂ ਹੀ ਅੰਮ੍ਰਿਤਪਾਲ ਸਿੰਘ ਆਲੇ ਮੁੱਦੇ ਤੇ ਬੋਲਦੇ ਰਹੇ ਜੀ, ਲੇਕਿਨ ਇੱਕ ਵਰਤਾਰਾ ਇਹ ਆ ਗਿਆ ਸੀਗਾ ਲੋਕਾਂ ਨੇ ਬੋਲਣਾ ਵੀ ਚੁੱਪ ਕਰਕੇ ਜੀ, ਔਰ ਈਵਨ ਕਿ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਸ਼ੁਰੂ ਕਰਤਾ, ਦਿਨ ਰਾਤ ਉਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਜੀ। ਉਹਦੇ ਵਿੱਚ ਉਹਨਾਂ ਚੈਨਲਾਂ ਦਾ ਬਹੁਤ ਰੋਲ ਹੈ ਜੋ ਦੇਸ਼ ਤੋਂ ਬਾਹਰ ਹੈ, ਲੇਕਿਨ ਮਸ਼ਹੂਰੀ ਤੇ ਬਦਨਾਮੀ ਦੇ ਵਿੱਚ ਇੱਕ ਪਤਲੀ ਜੀ ਲੈਣ ਹੁੰਦੀ ਹੈ ਭੁਪਿੰਦਰ ਜੀ, ਇਹ ਫਿਰ ਸਮਝਣੀ ਪੈਂਦੀ ਸਾਨੂੰ ਕਿ ਜਦੋਂ ਉਹ ਵਾਰ ਵਾਰ ਇਹ ਦਿਖਾ ਰਹੇ ਸੀਗੇ ਇਹਨਾਂ ਨੌਜਵਾਨਾਂ ਨੂੰ ਹਥਿਆਰ ਚੱਕੀ ਜੀ ਉਸੇ ਸਟਾਈਲ ਦੇ ਨਾਲ ਜੋ 84 ਦੇ ਵਿੱਚ ਵਾਪਰਿਆ, ਤਾਂ ਇਹਦੇ ਲਈ ਤੁਸੀਂ ਥਾਪੀਆਂ ਮਾਰਨ ਦੀ ਲੋੜ ਨਹੀਂ ਸੀ, ਸਾਡੇ ਲਈ ਵਿਚਾਰਨ ਦੀ ਲੋੜ ਸੀ ਕਿ ਇਹ ਐਂਡ ਅਪ ਕਿੱਧਰ ਨੂੰ ਹੋ ਸਕਦਾ। ਅੱਜ ਦਾ ਜੋ ਪ੍ਰੈਸ ਕਾਨਫਰੰਸ ਸੀ ਨਾ, ਅੱਜ ਜੋ ਪ੍ਰੈਸ ਸੰਮੇਲਨ ਸੀ ਦਮਦਮਾ ਸਾਹਿਬ ਵਿਖੇ ਸੀ, ਦਮਦਮਾ ਸਾਹਿਬ ਵਿਖੇ ਉਹ ਉਮੀਦ ਹੈ ਕਿ ਆਪਦਾ ਸੁਨੇਹਾ ਦੇਣ ਦੇ ਵਿੱਚ ਕਾਮਯਾਬ ਹੋਇਆ ਜੀ। ਉੱਥੇ ਪੱਤਰਕਾਰ ਵੀ ਬੋਲੇ ਔਰ ਪੱਤਰਕਾਰਾਂ ਨੇ ਬੜੇ ਮੁੱਦਿਆਂ ਨੂੰ ਬੜੀ ਸ਼ਿੱਦਤ ਦੇ ਨਾਲ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ, ਬੜੀ ਜ਼ੋਰਤ ਨਾਲ ਗੱਲਾਂ ਕਹੀਆਂ ਜੀ, ਔਰ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਟਾਰਗੇਟ ਕੀਤਾ ਗਿਆ ਕਿ ਜੋ ਮਾਹੌਲ ਤੁਸੀਂ ਸਹਿਮ ਦਾ ਜੇਕਰ ਕੇਂਦਰ ਸਰਕਾਰ ਬਣਾ ਰਹੀ ਤੇ ਤੁਸੀਂ ਵੀ ਭਾਗੀ ਹੋ, ਜਿਸ ਤਰ੍ਹਾਂ 12 ਬਟਾਲੀਅਨਾਂ ਸੱਦਣੀਆਂ ਜੀ, ਉਦੋਂ ਬਾਅਦ ਇਹ ਕਹਿਣਾ ਕਿ ਅਸੀਂ ਪੰਜਾਬ ਦੀ ਫਿਜ਼ਾ ਨੂੰ ਅੱਗ ਨਹੀਂ ਲੱਗਣ ਦੇਵਾਂਗੇ, ਲੇਕਿਨ ਇਹ ਘਟਨਾਵਾਂ ਨੂੰ ਪਹਿਲਾਂ ਵੀ ਰੋਕਿਆ ਜਾ ਸਕਦਾ ਸੀ। ਅੰਮ੍ਰਿਤਪਾਲ ਸਿੰਘ ਕੋਈ ਵੱਡਾ ਹਥਿਆਰਬੰਦ ਅਸੀਂ ਕਹਾਂਗੇ ਇਕੱਠ ਦੀ ਅਗਵਾਈ ਨਹੀਂ ਕਰ ਰਿਹਾ ਸੀਗਾ, ਉਹ ਕੁਝ ਵਿਅਕਤੀ ਸੀ, ਪੰਜਾਬ ਪੁਲਿਸ ਈਜ਼ਲੀ ਉਹਨਾਂ ਨੂੰ ਕੈਪਚਰ ਕਰ ਸਕਦੀ ਸੀ। ਹੁਣ ਵੀ ਜੋ ਡਰਾਮਾ ਬਣਾਇਆ ਜਾ ਰਿਹਾ ਜਿਹੜਾ 14 ਅਪ੍ਰੈਲ ਨੂੰ ਆਪਰੇਸ਼ਨ April 14 ਦੇ ਨਾਂ ਤੇ ਦੱਸਿਆ ਜਾ ਰਿਹਾ ਪੰਜਾਬ ਦੇ ਵਿੱਚ ਜੀ, ਬਿਲਕੁਲ ਇਹ ਵੀ ਉਸੇ ਲੜੀ ਦੇ ਵਿੱਚ ਹੀ ਭੁਪਿੰਦਰ ਜੀ ਸਿੱਖ ਕੌਮ ਨੂੰ ਇੱਕ ਬਦਨਾਮ ਕਰਨ ਦੀ ਸਾਜਿਸ਼ ਹੈ ਜੀ। ਪੰਜਾਬ ਦੇ ਮਾਹੌਲ ਦੇ ਵਿੱਚ, ਪੰਜਾਬ ਦੇ ਵਿੱਚ ਮੈਂ ਬਹੁਤ ਪਹਿਲਾਂ ਵੀ ਜ਼ਿਕਰ ਕੀਤਾ ਆਪਣੇ ਰੇਡੀਓ ਤੇ ਕਿ ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਵਿੱਚ ਵੀ ਸਿੱਖੂ ਤਣਾਅ ਨਹੀਂ ਹੋਇਆ ਗਾ, ਬਿਲਕੁਲ 84 ਜਦੋਂ ਦਿੱਲੀ ਸੜ ਰਹੀ ਸੀ ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ ਸੀ, ਪੰਜਾਬ ਦੇ ਵਿੱਚ ਕੋਈ ਘਟਨਾ ਨਹੀਂ ਮਿਲਦੀ ਜਿੱਥੇ ਫਿਰਕੂ ਦੰਗੇ ਹੋਏ ਹੋਣ ਜੀ। ਇਹ ਪੰਜਾਬ ਬਹੁਤ ਵੱਖਰੀ ਮਿੱਟੀ ਦਾ, ਇੱਥੋਂ ਦੇ ਰਹਿਣ ਵਾਲੇ ਜੋ ਹਿੰਦੂ ਕਮਿਊਨਿਟੀ ਵੀ ਹੈ ਉਹ ਵੀ ਵੱਖਰੀ ਹੈ, ਉਹਨਾਂ ਨੂੰ ਤੁਸੀਂ ਦੇਸ਼ ਦੀ ਦੂਜੀ ਕਮਿਊਨਿਟੀ ਨਾਲ ਨਹੀਂ ਜੋੜ ਸਕਦੇ, ਬਾਕੀ ਅੱਗ ਲਾਉਣ ਵਾਲੇ ਇੱਧਰ ਵੀ ਹੈ ਉੱਧਰ ਵੀ ਹੈ, ਬਿਲਕੁਲ ਇਹ ਆਪਾਂ ਨੂੰ ਨਿਰਪੱਖਤਾ ਨਾਲ ਪਛਾਣ ਕਰਨੀ ਚਾਹੀਦੀ ਹੈ ਜੀ। ਲੇਕਿਨ ਕੁਛ ਵੀ ਹੋਵੇ ਭੁਪਿੰਦਰ ਜੀ, ਜੋ ਅੱਜ ਉੱਥੇ ਇਹਨਾਂ ਮੁੱਦਿਆਂ ਤੇ ਬੜੀ ਗੰਭੀਰ ਵਿਚਾਰਾਂ ਹੋਈਆਂ, ਇੱਥੋਂ ਅਸੀਂ ਇਹ ਉਮੀਦ ਕਰ ਸਕਦੇ ਕਿ ਇਹਦਾ ਚੰਗੇ ਪ੍ਰਭਾਵ ਪੈਣਗੇ, ਕਿਉਂਕਿ ਮੀਡੀਏ ਦੇ ਨਾਲ ਗੱਲ ਹੋਈ ਹੈ, ਅੱਜ ਕੱਲ ਮੀਡੀਆ ਹੈ ਜਿਹੜਾ ਉਹ ਬਹੁਤ ਵੱਡਾ ਇੱਕ ਹਥਿਆਰ ਹੈ, ਕਾਰਗਰ ਹਥਿਆਰ ਹੈ ਜੀ, ਉਹ ਤੁਹਾਡੇ ਉਲਟ ਵੀ ਜਾ ਸਕਦਾ, ਤੁਹਾਡੇ ਹੱਕ ਚ ਵੀ ਭੁਗ ਸਕਦਾ, ਬਿਲਕੁਲ ਜੀ। ਲੇਕਿਨ ਜੇਕਰ ਤੁਸੀਂ ਉਹਨਾਂ ਨੂੰ ਸਮੇਂ ਸਿਰ ਕੁਰੈਕਟ ਕਰਦੇ ਹੋ, ਆਪਦਾ ਪੱਖ ਰੱਖਣ ਚ ਕਾਮਯਾਬ ਹੁੰਦੇ ਆ ਜੀ, ਇਹ ਚ ਕੋਈ ਦੋ ਰਾਵਾਂ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਕੂੜ ਪ੍ਰਚਾਰ ਤੋਂ ਬਚ ਵੀ ਸਕਦੇ ਜੀ। ਜੀ ਬਿਲਕੁਲ ਜੀ। ਤੇ ਬਰਾੜ ਸਾਹਿਬ, ਤੁਸੀਂ ਮੀਡੀਆ ਦੀ ਵੀ ਗੱਲ ਕੀਤੀ ਹੈ, ਸਹਿਮ ਦੀ ਵੀ, ਜਿਹੜੀ ਕੇਂਦਰ ਦੀ ਕੱਠਪੁਤਲੀ ਬਣ ਕੇ ਜਿਹੜਾ ਕਹਿ ਸਕਦੇ ਹਾਂ ਕਿ ਲੋਕ ਵੀ ਕਹਿ ਰਹੇ ਨੇ ਅਤੇ ਓਪੋਜੀਸ਼ਨਾਂ ਵੀ ਕਹਿ ਰਹੀਆਂ ਨੇ, ਜੋ ਮਾਹੌਲ ਦੀ ਤੁਸੀਂ ਗੱਲ ਕੀਤੀ ਹੈ, ਤਾਂ ਉਸ ਤੋਂ ਬਾਅਦ ਪੱਤਰਕਾਰਾਂ ਦੀ ਤੁਸੀਂ ਗੱਲ ਕੀਤੀ ਹੈ, ਪਿਛਲੇ ਦਿਨਾਂ ਦੇ ਵਿੱਚ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਪੱਤਰਕਾਰ
ਸੁਖਨੈਬ ਸਿੱਧੂ ਨੂੰ ਚੱਕ ਲਿਆ ਗਿਆ, ਗ੍ਰਿਫਤਾਰੀ ਹੋਈ, ਉਹਦੀ ਜਿਹੜੀ ਐੱਫ ਆਈ ਆਰ ਵੀ ਉਹਨਾਂ ਦੇ ਘਰਦਿਆਂ ਨੂੰ ਨਹੀਂ ਦਿੱਤੀ ਗਈ, ਹੋਰ ਬਹੁਤ ਸਾਰੀਆਂ ਚੀਜ਼ਾਂ, ਆਖਿਰਕਾਰ ਉਹਨੂੰ ਛੱਡਣਾ ਵੀ ਪਿਆ ਬਠਿੰਡਾ ਦੀ। ਬਖਤੌਰ ਸਿੰਘ ਹੁਣੀ ਆਪਣੇ ਪ੍ਰੈਸ ਦੇ ਜਿਹੜੇ ਕਹਿ ਸਕਦੇ ਹਾਂ ਉੱਥੇ ਦੇ ਹੈਗੇ ਨੇ ਜੀ ਇੰਚਾਰਜ ਅਤੇ ਬੁਲਾਰੇ ਨੇ ਚੰਗੇ, ਤਾਂ ਉਹਨਾਂ ਨੇ ਵੀ ਜਿਹੜਾ ਉੱਥੇ ਦੇ ਆਪਣੇ ਡੀ ਸੀ ਨੂੰ ਵੀ ਮੰਗ ਪੱਤਰ ਵੀ ਦਿੱਤਾ, ਹੋਰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ। ਉਸ ਤੋਂ ਬਾਅਦ ਕਿਤੇ ਜਾ ਕੇ ਜਿਹੜਾ ਸੁਣਵਾਈ ਹੋਈ ਹੈ, ਅਤੇ ਖਬਰ ਕੱਲ੍ਹ ਮੇਰੇ ਖਿਆਲ ਨਾਲ ਛਾ ਗਈ ਸੀ ਕਿ ਜਿਹੜਾ ਸੁਖਨੈਬ ਸਿੱਧੂ ਨੂੰ ਰਿਹਾ ਕਰ ਦਿੱਤਾ ਗਿਆ, ਪਰ ਕੀ ਕਾਰਨ ਬਣ ਗਏ ਜੀ ਇਹਦੇ? ਭੁਪਿੰਦਰ ਜੀ, ਸੁਖਨੈਬ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਲੰਮੇ ਸਮੇਂ ਤੋਂ ਆ ਰਿਹਾ। ਬਿਲਕੁਲ ਜੀ, 4-5 ਸਾਲ ਤੋਂ ਉਹ ਨੌਜਵਾਨ ਹੈ ਜਿਹਦਾ ਪਿੰਡ ਪੁੱਲੀ ਪਿੰਡ ਹੈ ਬਠਿੰਡੇ ਦੇ ਨਾਲ ਜੀ, ਨਥਾਣੇ ਦੇ ਨਾਲ ਪੈਂਦਾ, ਟੂ ਬੀ ਵੈਰੀ ਕੁਰੈਕਟ। ਬਿਲਕੁਲ ਜੀ, ਉਹ ਕੋਈ ਨੈਸ਼ਨਲ ਲੈਵਲ ਦਾ ਪੱਤਰਕਾਰ ਨਹੀਂ ਗਾ, ਲੇਕਿਨ ਉਹ ਨੌਜਵਾਨ ਹੈ ਜਿਹੜਾ ਸੋਹਣੀ ਪੱਤਰਕਾਰੀ ਕਰਦਾ ਜੀ, ਔਰ ਮੁੱਦਿਆਂ ਨੂੰ ਬੜੀ ਸ਼ਿੱਦਤ ਦੇ ਨਾਲ ਬਿਆਨਦਾ, ਕੋਈ ਦੋਰਾਵਾ ਨਹੀਂ ਜੀ। ਲੇਕਿਨ ਪਿਛਲੇ ਦਿਨੀ ਉਹਨੇ ਇੱਕ ਵੀਡੀਓ ਪਾਈ ਜਿਹਦੇ ਵਿੱਚ ਉਹਨੇ ਅਮਰੀਕਾ ਦੇ ਇੱਕ ਗੁਰੂ ਘਰ ਦੇ ਵਿੱਚ ਜੀ ਜਦੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਭਗਵੰਤ ਮਾਨ ਦੇ ਬੱਚਿਆਂ ਦਾ ਬਾਈਕਾਟ ਕੀਤਾ ਜਾਵੇ ਜਾਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ, ਤਾਂ ਉਹਨੇ ਉਹ ਵੀਡੀਓ ਪਾਈ ਹੈ, ਔਰ ਸਗੋਂ ਉਹਨੇ ਤਾਂ ਇਹ ਆਖਿਆ ਸੀ ਕਿ ਆਹ ਲੋਕਾਂ ਤੇ ਐਕਸ਼ਨ ਲੈਣਾ ਚਾਹੀਦਾ, ਕਾਰਵਾਈ ਕੀਤੀ ਜਾਵੇ। ਲੇਕਿਨ ਹਾਂ, ਲੇਕਿਨ ਹੋਇਆ ਉਲਟ, ਉਹਨੂੰ ਘਰੋਂ ਚੱਕ ਲਿਆ ਗਿਆ ਜੀ, ਉਹਨੂੰ CIA ਸਟਾਫ ਬਠਿੰਡਾ ਲਿਆਂਦਾ ਗਿਆ ਜੀ। ਲੇਕਿਨ ਬਾਅਦ ਦੇ ਵਿੱਚ ਜਿਸ ਤਰ੍ਹਾਂ ਰਿਐਕਸ਼ਨ ਹੋਇਆ ਜੀ ਦੇਸ਼ ਵਿਦੇਸ਼ ਦੇ ਵਿੱਚੋਂ, ਉਹਦੇ ਉਹਦਾ ਤੇ ਨਾਲ ਜੋ ਅੱਜ ਪ੍ਰੈਸ ਕਾਨਫਰੰਸ ਹੋਣੀ ਸੀ ਜੀ, ਇਹਦਾ ਇਹਦੇ ਪਰਛਾਵੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਚੱਕ ਤਾਂ ਉਹਨੂੰ ਬੈਠਾ, ਪਰ ਬਾਅਦ ਦੇ ਵਿੱਚ ਉਹ ਘਬਰਾ ਗਏ ਜੀ, ਔਰ ਉਹਨਾਂ ਨੇ ਸਾਰੇ ਦੋਸ਼ ਸ਼ਾਮ ਤੱਕ ਵਾਪਸ ਲੈ ਲਏ ਜੀ। ਹੁਣ ਸਵਾਲ ਹੈ ਜਿਹੜਾ ਪੈਦਾ ਹੁੰਦਾ ਕਿ ਇਹ ਕੀ ਹੋਇਆ, ਕਿਵੇਂ ਹੋਇਆ ਜੀ? ਜਿੱਥੋਂ ਤੱਕ ਪਿਛੋਕੜ ਦੀ ਗੱਲ ਕਰੀ ਤਾਂ ਇਹ ਨੌਜਵਾਨ ਜੋ ਸੁਖਨੈਬ ਸਿੱਧੂ ਹੈ, ਭਗਵੰਤ ਮਾਨ ਦਾ ਤੇ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਸਪੋਰਟਰ ਹੈ ਜੀ। ਇਹਦੀਆਂ ਪੋਸਟਾਂ, ਇਹਦਾ ਜੋ ਰੇਡੀਓ ਗੇਟ ਤੇ ਕੰਮ ਕਰਦਾ, ਇਹਨਾਂ ਨੇ ਸਾਰੀ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਗੇਂਸਟ ਅਤੇ ਆਮ ਆਦਮੀ ਪਾਰਟੀ ਦੇ ਹੱਕ ਚ ਖੁੱਲ ਕੇ ਪ੍ਰਚਾਰ ਕੀਤਾ ਜੀ। ਲੇਕਿਨ ਹੁਣ 1 ਸਾਲ ਤੋਂ ਜਦੋਂ ਵੀ ਇਹ ਪਾਰਟੀ ਰਾਜ ਚ ਆਈ ਹੈ, ਤਾਂ ਇਹਦਾ ਜੋ ਚੇਨ ਚੱਕਰ ਹੈ ਬਦਲਿਆ ਬਦਲਿਆ ਲੱਗਦਾ, ਉਹ ਆਪਾਂ ਵੀ ਮਹਿਸੂਸ ਕਰਦੇ ਹਾਂ ਜੀ, ਔਰ ਉੱਥੋਂ ਦੇ ਪੱਤਰਕਾਰ ਵੀ ਮਹਿਸੂਸ ਕਰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖਾਸ ਬੰਦਿਆਂ ਵੱਲੋਂ ਚਲਾਈ ਜਾ ਰਹੀ। ਕੁਝ ਪੱਤਰਕਾਰ ਤਾਂ ਸਲਾਹਕਾਰ ਵੀ ਬਣ ਗਏ ਨੇ ਜੀ ਨਾਲ ਦੇ ਉਹਨਾਂ ਦੇ, ਉਹ ਸਲਾਹ ਤੁਸੀਂ ਜਿਨ੍ਹਾਂ ਦੀ ਸਲਾਹਕਾਰ ਕਰਦੇ ਆ ਉਹਨਾਂ ਦੇ ਬੀਜੇ ਕੰਡੇ ਹੀ ਭਗਵੰਤ ਮਾਨ ਕੋਲੇ ਪੈ ਰਹੇ ਆ ਜੀ। ਔਰ ਤੁਸੀਂ ਬਲਤੇਜ ਪੰਨੂ ਦੀ ਗੱਲ ਕਰ ਰਹੇ ਹੋ, ਆਪਾਂ ਨਾਂ ਬਾਈ ਨੇਮ ਲੈ ਦਿੰਦੇ ਹਾਂ, ਜਿਨ੍ਹਾਂ ਨੇ ਇਸ਼ਤਿਹਾਰ ਸਿੱਧੂ ਮੂਸੇਵਾਲੇ ਦਾ ਪਹਿਲੀ ਵਾਰ ਪਬਲਿਕਲੀ ਆਖਿਆ ਸੀ ਕਿ ਇਹਨਾਂ ਦੀ ਸਿਕਿਉਰਿਟੀ ਵਾਪਸ ਲਈ ਆ ਜੀ, ਉਸੇ ਤਰ੍ਹਾਂ ਹੀ ਭੁਪਿੰਦਰ ਜੀ ਇਸ ਨੌਜਵਾਨ ਨੂੰ ਜਿਸ ਤਰ੍ਹਾਂ ਚੱਕਿਆ ਗਿਆ ਇਹਦੀ ਤੇ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਬਣਦੀ ਜੀ। ਜੋ ਇਹ ਹੁਣ ਪਿਛਲੇ ਲੰਮੇ ਸਮੇਂ ਤੋਂ ਇਹਦੀਆਂ ਕੁੱਕੀ ਗੱਲ ਦੇ ਨਾਲ ਇੰਟਰਵਿਊਆਂ ਚੱਲ ਰਹੀਆਂ ਬਿਲਕੁਲ ਜੀ ਸੋਸ਼ਲ ਮੀਡੀਆ ਤੇ ਜੀ, ਔਰ ਜੇਕਰ ਦੇਖੀ ਤਾਂ ਪੰਜਾਬ ਦੇ ਵਿੱਚ ਇਸ ਮੌਕੇ ਸਾਰਾ ਮੀਡੀਆ ਜਿਹੜਾ ਮੋਸਟਲੀ ਆ ਜੀ, ਜੋ ਇੰਡੀਪੈਂਡੈਂਟ ਲਿਖਦਾ ਤਾਂ ਉਹ ਇਹਨਾਂ ਨੂੰ ਮਹਿਸੂਸ ਹੁੰਦਾ ਆਮ ਆਦਮੀ ਪਾਰਟੀ ਨੂੰ ਕਿ ਸਾਡੇ ਅਗੇਂਸਟ ਲਿਖਿਆ ਜਾ ਰਿਹਾ ਜੀ। ਲੇਕਿਨ ਜਿਸ ਤਰ੍ਹਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤਰ੍ਹਾਂ ਛੱਡਿਆ ਗਿਆ, ਇਹਦੇ ਤੋਂ ਭਗਵੰਤ ਮਾਨ ਜੋ ਸਾਡੇ ਮੁੱਖ ਮੰਤਰੀ ਪੰਜਾਬ ਹੈ ਉਹਨਾਂ ਨੂੰ ਸਬਕ ਸਿੱਖਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੀ ਆਪ ਹੋਦਰਾ ਕਾਰਵਾਈਆਂ ਜਿਹੜੀਆਂ ਉਹ ਸਰਕਾਰ ਦੇ ਆਫਿਸ ਨੂੰ ਬਹੁਤ ਵੱਡੀ ਢਾਲ ਆਉਂਦੀ ਜੀ। ਉੱਥੇ ਜਿਸ ਤਰ੍ਹਾਂ ਤੁਸੀਂ ਦੱਸਿਆ ਬਖਤੌਰ ਸਿੰਘ ਢਿੱਲੋਂ ਜਿਹੜੇ ਉੱਥੋਂ ਦੇ ਪ੍ਰਧਾਨ ਹੈ ਪ੍ਰੈਸ ਦੇ ਜੀ ਕਲੱਬ ਦੇ, ਹਾਂਜੀ, ਉਹਨਾਂ ਵੱਲੋਂ ਸਾਰਿਆਂ ਵੱਲੋਂ ਬੜੀ ਸ਼ਿੱਦਤ ਦੇ ਨਾਲ ਇਕੱਠ ਕੀਤਾ ਗਿਆ ਜੀ। ਵੈਸੇ ਵੀ ਬਠਿੰਡੇ ਵਾਲੇ ਤੋਂ ਆਰਗੇਨਾਈਜ਼ਡ ਹੈ ਸਾਰੇ, ਉਹਨਾਂ ਨੇ ਮਤਲਬ ਉਸ ਤਰ੍ਹਾਂ ਦਾ ਅਸੀਂ ਕਹਾਂਗੇ ਵਧੀਆ ਇੱਕ ਪ੍ਰੈਸ਼ਰ ਬਣਾਇਆ ਸਰਕਾਰ ਤੇ ਜੀ ਕਿ ਉਹਨਾਂ ਨੂੰ ਇਹ ਲੇਕਿਨ ਰਿਹਾ ਕਰ ਦਿੱਤਾ ਗਿਆ। ਲੇਕਿਨ ਉਹਨਾਂ ਤੇ ਬਣਿਆ ਕੇਸ ਹੈ ਜਿਹੜਾ 153A ਦਾ, ਉਹ ਅਜੇ ਵੀ ਉਸੇ ਤਰ੍ਹਾਂ ਹੀ ਹੈ ਜੀ। ਸੋ ਜਿੰਨਾ ਚਿਰ ਉਹ ਕੇਸ ਨਹੀਂ FIR ਕੈਂਸਲ ਨਹੀਂ ਹੁੰਦੀ, ਉਹਨਾਂ ਚਿਰ ਮੇਰਾ ਖਿਆਲ ਹੈ ਵੀ ਮੀਡੀਆ ਜੋ ਆਊਟਲੈਟ ਆ ਉਹ ਚੁੱਪ ਕਰਕੇ ਨਹੀਂ ਵੇਚਣਗੇ ਜੀ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਦਾ ਵਰਤਾਰਾ ਇਹ ਸਰਕਾਰ ਨੇ ਸ਼ੁਰੂ ਕਰਤਾ ਜੀ, ਇਹਨਾਂ ਦਾ ਪਹਿਲਾ ਸਾਲ ਹੈ ਜੀ, ਉਹ ਮੀਡੀਆ ਨੂੰ ਇਸ ਤਰ੍ਹਾਂ ਦਬਾਉਣ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ। ਬਿਲਕੁਲ ਜੀ, ਸੋ ਇਹ ਇਹਨਾਂ ਵਾਸਤੇ ਬੜਾ ਚੈਲੰਜ ਰਹੂਗਾ, ਉਮੀਦ ਕਰਦੇ ਹਾਂ ਕਿ
ਜੋ ਮੀਡੀਆ ਜਿਹੜਾ ਕਿ ਲੋਕਤੰਤਰ ਦਾ ਚੌਥਾ ਵੱਡਾ ਥੰਮ ਹੈ, जी ਉਹਨੂੰ ਇੰਡੀਪੈਂਡੈਂਟਲੀ ਵਰਕ ਕਰਨ ਦੇਣਾ ਚਾਹੀਦਾ। ਬਿਲਕੁਲ ਜੀ। ਜੀ ਤੇ ਬਰਾੜ ਸਾਹਿਬ, ਟਰੱਕ ਯੂਨੀਅਨਾਂ ਦਾ ਵੀ ਰੋਲਾ ਪੈ ਰਿਹਾ ਜੀ, ਕੀ ਮਸਲੇ ਬਣ ਗਏ ਨੇ? ਭੁਪਿੰਦਰ ਜੀ, 6 ਮਹੀਨੇ ਪਹਿਲਾਂ ਜੈਤੋ ਦੇ ਵਿੱਚ ਇਹੋ ਕੁਛ ਹੋਇਆ ਸੀ, ਧੱਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਕਬਜ਼ਾ ਕੀਤਾ ਗਿਆ ਸੀ, ਜੀ ਹੁਣ ਮਾਨਸਾ ਦੇ ਵਿੱਚ ਹੋਇਆ। ਜੀ ਇਹ ਵੱਖ ਵੱਖ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ, ਜੀ ਕਹਿ ਲਓ ਤੁਸੀਂ ਵਲੰਟੀ ਦੇ ਸ਼ਬਦ ਵਰਤਦੇ ਹੁੰਦੇ ਆ, ਉਹ ਉਹੀ ਕੁਛ ਕਰ ਰਹੇ ਜਿਹੜੀਆਂ ਪਹਿਲੀਆਂ ਪਾਰਟੀਆਂ ਉੱਪਰ ਕਰਨ ਦੇ ਦੋਸ਼ ਇਹ ਪਾਰਟੀ ਲਾਉਂਦੀ ਰਹੀ ਹੈ। ਜੀ ਸੋ ਜਿਸ ਤਰ੍ਹਾਂ ਉੱਥੇ ਅਸੀਂ ਕਹਾਂਗੇ ਪੁਲਿਸ ਅਤੇ ਯੂਨੀਅਨ ਦੇ ਵਿਚਾਲੇ ਜੋ ਉੱਥੇ ਮਾਨਸਾ ਦੇ ਵਿੱਚ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਜੀ ਖੜਕਾ ਦੜਕਾ ਹੋਇਆ, ਉੱਥੇ ਡਲੇ ਚੱਲੇ ਆ, ਡਾਂਗ ਸੋਟੀ ਚੱਲਿਆ, ਜੀ ਇਹ ਸ਼ੁਭ ਖਬਰਾਂ ਨਹੀਂ ਗੀਆਂ ਇਸ ਸਰਕਾਰ ਲਈ। ਅਜੇ ਇਹਦਾ ਆਪਾਂ ਫੇਰ ਰਿਪੀਟ ਕਰਦੇ ਹਾਂ, ਇਹਨਾਂ ਨੂੰ ਬਣਿਆ ਨੂੰ 1 ਸਾਲ ਤੇ ਅਜੇ 1 ਮਹੀਨਾ ਹੋਣੇ ਆ, ਜੀ ਲੇਕਿਨ ਇਹਨਾਂ ਵੱਲੋਂ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਉਹ ਇਸ ਤਰ੍ਹਾਂ ਪੁਲਿਸ ਫੋਰਸ ਨੂੰ ਵਰਤਣਾ, ਆਪਣੇ ਬੰਦੇ ਨੂੰ ਧੱਕੇ ਨਾਲ ਬਿਠਾਉਣਾ, ਇਹ ਵੱਖ ਵੱਖ ਸ਼ਹਿਰਾਂ ਚ ਹੁੰਦਾ ਰਿਹਾ। 1 ਸਾਲ ਪਹਿਲਾਂ ਮਾਹੌਲ ਹੋਰ ਸੀ, ਹੋ ਗਿਆ, ਲੇਕਿਨ ਹੁਣ ਉਹਦੀ ਵਿਰੋਧ ਤਾਂ ਹੋਣੀ ਸ਼ੁਰੂ ਹੋ ਗਈ ਹੈ, ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਬਿਲਕੁਲ ਜੀ। ਤੇ ਬਰਾੜ ਸਾਹਿਬ, ਜਲੰਧਰ ਦੀ ਜ਼ਮੀਨੀ ਚੋਣ ਦੇ ਕੀ ਹਾਲਾਤ ਨਜ਼ਰ ਆਉਂਦੇ ਨੇ? ਆਮ ਆਦਮੀ ਪਾਰਟੀ ਨੇ ਚਲੋ ਪਹਿਲੇ ਦਿਨ 'ਚ ਬੰਦਾ ਲਿਆਂਦਾ, ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਿ ਹਵਾਈ ਜਹਾਜ਼ ਰਾਹੀਂ ਸਿੱਟਿਆ ਜਾਂਦਾ ਜਾਂ ਉੱਪਰੋਂ ਹਵਾ ਰਾਹੀਂ ਲਿਆਂਦਾ ਜਾਂਦਾ ਹੈ, ਅਤੇ ਆਪ ਇਸ ਪਾਰਟੀ ਦੇ ਕੀ ਹਾਲਾਤ ਨਜ਼ਰ ਆਉਂਦੇ ਨੇ? ਅਤੇ ਅਕਾਲੀ ਦਲ ਅਤੇ ਨਾਲ ਦੇ ਨਾਲ ਕਾਂਗਰਸ ਦੀ ਤਾਂ ਚਲੋ ਪਹਿਲਾਂ ਹੀ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ, ਹੋਰ ਜਿੰਨੀਆਂ ਵੀ ਪਾਰਟੀਆਂ ਨੇ, ਕਿਹੋ ਜਿਹਾ ਮਾਹੌਲ ਦਿਖਦਾ ਹੈ ਜੀ ਜਲੰਧਰ ਦਾ? ਭੁਪਿੰਦਰ ਜੀ, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਂਝਾ ਉਮੀਦਵਾਰ ਦਾ ਐਲਾਨ ਇਹਦਾ ਕੱਲ ਨੂੰ ਹੋਣਾ ਹੈ ਜੀ, ਲੇਕਿਨ ਜਿਨ੍ਹਾਂ ਦਾ ਹੋ ਗਿਆ ਆਪਾਂ ਉਹਨਾਂ ਦੀ ਗੱਲ ਕਰ ਲਈ ਜੀ। ਕਾਂਗਰਸ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਜੀ, ਲੇਕਿਨ ਆਮ ਆਦਮੀ ਪਾਰਟੀ ਨੇ ਜੋ ਉੱਥੇ ਵਰਤਾਰਾ ਵਰਤਾਇਆ ਜੀ, ਉਹਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਸਮਝ ਚੁੱਕੇ ਉਹਨਾਂ ਵਾਸਤੇ ਤਾਂ ਹੈਰਾਨੀ ਨਹੀਂ ਹੋਈ ਜੀ, ਲੇਕਿਨ ਜਲੰਧਰ ਦੇ ਜੋ ਵਰਕਰ ਹੈ ਜਿਨ੍ਹਾਂ ਨੂੰ ਵਲੰਟੀਅਰ ਕਿਹਾ ਜਾਂਦਾ ਹੈ ਉਹਨਾਂ ਦੀ ਅੱਖਾਂ ਟੱਡੀਆਂ ਜ਼ਰੂਰ ਰਹਿ ਗਈਆਂ ਜੀ, ਕਿਉਂਕਿ ਉਹਨਾਂ ਨੂੰ ਉਹਨਾਂ ਵਲੰਟੀਅਰਾਂ ਦੇ ਵਿੱਚੋਂ 1 ਵੀ ਆਦਮੀ ਇਸ ਮੇਜ ਦਾ ਨਹੀਂ ਮਿਲਿਆ ਕਿ ਉਹਨੂੰ ਉਹ ਖੜਾ ਕਰ ਸਕਣ ਜੀ, ਇਸ ਲਈ ਉਹਨਾਂ ਨੇ ਓਵਰਨਾਈਟ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਅਜੋ ਜੀ ਜਿਹੜੇ ਕਿ ਖੁਦ ਇਸੇ ਪਾਰਟੀ ਦੇ ਉਮੀਦਵਾਰ ਦੇ ਅਗੇਂਸਟ ਇਲੈਕਸ਼ਨ ਲੜ ਕੇ ਹਟੇ ਆ ਜੀ, ਉਹਨਾਂ ਨੂੰ ਓਵਰਨਾਈਟ ਪਾਰਟੀ 'ਚ ਲਿਆਂਦਾ ਜੀ, ਅਤੇ 14 ਘੰਟੇ ਤੇ 52 ਮਿੰਟਾਂ ਬਾਅਦ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਕਰਤਾ ਜੀ। ਇਹ ਬਦਲਾਅ ਵਾਲੀ ਪਾਰਟੀ ਦੇ ਨਵੇਂ ਬਦਲਾਅ ਹੈ ਜੀ, ਔਰ ਇਹਦੇ ਚੋਂ ਕੋਈ ਇਹ ਨਹੀਂ ਕਹਿ ਸਕਦੇ ਕਿ ਭਗਵੰਤ ਮਾਨ ਆ, ਇਹ 'ਚ ਕੇਜਰੀਵਾਲ ਸਾਹਿਬ ਉਸ ਰੂਪ ਦੇ ਵਿੱਚ ਮੌਜੂਦ ਸੀਗੇ ਜੀ, ਨਾ ਤਾਂ ਉਹਨਾਂ ਨੇ ਆਪਦੇ ਰੁਤਬੇ ਦੀ ਸੰਗ ਮੰਨੀ ਤੇ ਨਾ ਹੀ ਭਗਵੰਤ ਉਹਨਾਂ ਨੇ ਇਹ ਸੋਚਿਆ ਕਿ ਉਹ ਕਰ ਕੇ ਰਹੇ ਆ ਜੀ, ਲੇਕਿਨ ਇਸ ਤਰ੍ਹਾਂ ਓਵਰਕੋਟ ਆ ਜਿਹੜੇ ਇਸ ਤਰ੍ਹਾਂ ਦਲ ਬਦਲਾਂ ਨੂੰ ਉਤਸ਼ਾਹਿਤ ਕਰਨਾ ਜੀ, ਇਹ ਕਈ ਚੀਜ਼ਾਂ ਦੇ ਸੰਕੇਤ ਕਰਦਾ। ਨੰਬਰ 1 ਪਾਰਟੀ ਦੇ ਵਿੱਚ ਇਹ ਡੈਫੀਨੇਟਲੀ ਮੈਸੇਜ ਆਊਗਾ ਜੀ ਕਿ ਇਹ ਪਾਰਟੀ ਵੀ ਦੂਜੀਆਂ ਪਾਰਟੀਆਂ ਵਾਂਗੂ ਜੀ ਕੁਛ ਵੀ ਕਰ ਸਕਦੀ ਪੋਲੀਟੀਕਲੀ। ਬਿਲਕੁਲ। ਔਰ ਦੂਸਰਾ ਜਿਹੜੇ ਵਰਕਰ ਹੈ ਜਾਂ ਵਲੰਟੀਅਰ ਹੈ ਉਹਨਾਂ ਨੂੰ ਇਹ ਗੱਲ ਕਲੀਅਰ ਹੋ ਗਈ ਹੈ ਉਹ ਕਿੰਨਾ ਵੀ ਵਰਕ ਕਰਨ ਉਹਨੂੰ ਰੈਕੋਗਨਾਈਜ਼ ਉਹਦਾ ਹੋਣਾ ਕੋਈ ਜ਼ਰੂਰੀ ਨਹੀਂ ਜੀ। ਜਿਹਦਾ ਜਗਤਾਰ ਸਿੰਘ ਸੰਘੇੜੇ ਵਰਗੇ ਜਿਹਨਾਂ ਨੇ ਲੰਮੇ ਸਮੇਂ ਤੋਂ ਜਲੰਧਰ 'ਚ ਕੰਮ ਕੀਤਾ ਜੀ, ਉਹ ਨੌਜਵਾਨ 'ਚ ਕੋਈ ਕਮੀ ਨਹੀਂ ਗੀ, ਪੜ੍ਹਿਆ ਲਿਖਿਆ ਹਰ ਗੱਲੋਂ, ਲੇਕਿਨ ਸੁਣਦਾ ਕੌਣ ਕਿਹਦੀ ਹੈ ਜੀ, ਲੇਕਿਨ ਇਹ ਉਮੀਦਵਾਰ ਖੜਾ ਕਰਤਾ, ਲੇਕਿਨ ਇਹਦੀ ਵਿਰੋਧ ਤਾਂ ਵੱਡੇ ਲੈਵਲ ਤੇ ਹੋ ਰਹੀ ਹੈ। ਬਿਲਕੁਲ। ਮਿਲੀਆਂ ਖਬਰਾਂ ਮੁਤਾਬਕ ਕੇਜਰੀਵਾਲ ਤੇ ਭਗਵੰਤ ਮਾਨ ਦੇ ਪੋਸਟਰ ਲਾਉਣੇ ਸ਼ੁਰੂ ਹੋ ਗਏ ਆ ਜੀ, ਸੋ ਇਹ ਜਿਹੜੀ ਸੀਟ ਹੈ ਇਹ ਆਮ ਆਦਮੀ ਪਾਰਟੀ ਦੇ ਹੱਥੋਂ ਖਿਸਕਦੀ ਨਜ਼ਰ ਆ ਰਹੀ ਜੀ। ਬਿਲਕੁਲ ਜੀ। ਤੇ ਬਰਾੜ ਸਾਹਿਬ, ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ ਤੇ ਜੇਲ੍ਹ ਦੇ ਵਿੱਚੋਂ ਹੁਣ ਸਿਸੋਦੀਆ ਸਾਹਿਬ ਚਿੱਠੀਆਂ ਲਿਖ ਲਿਖ ਕੇ ਤੇ ਪਾਈ ਜਾ ਰਹੇ ਨੇ, ਕਹਿੰਦੇ ਜੀ ਸਾਡੇ ਨਾਲ ਤਾਂ ਖਤਰਨਾਕ ਜਿਹੜਾ ਹੈ ਪ੍ਰਧਾਨ ਮੰਤਰੀ ਸਾਹਿਬ ਬੜੇ ਦੇਸ਼ ਦੇ ਲਈ ਖਤਰਨਾਕ ਨੇ ਜੀ। ਜੀ ਭੁਪਿੰਦਰ ਜੀ, ਉਹ ਕਹਿੰਦੇ ਵਕਤ ਤੋਂ ਖੁੰਜੀ ਡੂਮਣੀ ਬੋਲਾ ਬੋਲੇ ਤਾਲ ਆਲ ਪਤਾਲ ਜੀ,
ਇਸੇ ਮਸਲੇ ਤੇ ਇਹਨਾਂ ਦੇ ਪ੍ਰਧਾਨ ਕੇਜਰੀਵਾਲ ਜੀ ਨੂੰ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਐਜੂਕੇਸ਼ਨ ਤੇ ਸਵਾਲ ਚੱਕੇ ਸੀ, ਜੀ 25,000 ਰੁਪਏ ਦਾ ਜੁਰਮਾਨਾ ਹੋਇਆ ਤੇ ਜੀ ਉਹਨਾਂ ਦੇ ਸਵਾਲ ਬੇਤੁਕੇ ਆ। ਜੀ ਹੁਣ ਸਵਾਲ ਬੇਤੁਕੇ ਜਾਂ ਨਹੀਂ ਇਹਦਾ ਉੱਤਰ ਤਾਂ ਜੋ ਤੁਸੀਂ ਕੋਰਟ ਚੋਂ ਮੰਗਦੇ ਹੋ ਤਾਂ ਕੋਰਟ ਨੇ ਦੇਤਾ, ਜੀ ਲੇਕਿਨ ਕਾਮਨ ਸੈਂਸ ਹੈ ਜੇਕਰ ਪ੍ਰਧਾਨ ਮੰਤਰੀ ਆਪਣੇ ਪੇਪਰ ਜੀ ਉਹਨਾਂ ਕੋਲ ਸਹੀ ਹੈ ਤਾਂ ਉਹਨੂੰ ਦਿਖਾ ਦੇਣੇ ਚਾਹੀਦੇ ਆ। ਪਰ ਸਵਾਲ ਜੀ ਤਾਂ ਇਹ ਹੁੰਦਾ ਵੀ ਜਿਹੜਾ ਵਿਅਕਤੀ 2 ਵਾਰੀ ਪ੍ਰਧਾਨ ਮੰਤਰੀ ਰਹਿ ਗਿਆ ਤੇ 3ਵੀ ਵਾਰ ਬਣਦੇ ਨੇੜੇ ਆ, ਉਹਦਾ ਤੁਸੀਂ ਕੀ ਚੈੱਕ ਕਰ ਲਓਗੇ? ਜੀ ਜਿਹੜੀ ਪੋਲੀਟਿਕਸ ਦੇ ਵਿੱਚ ਜਿਹੜੀ ਵਿਦਿਅਕ ਯੋਗਤਾ ਹੈ ਜੀ ਉਹ ਹੋਣੀ ਬਹੁਤ ਜ਼ਰੂਰੀ ਹੈ, ਪਰ ਉਹ ਓਨਲੀ ਪਾਰਟ ਨਹੀਂ ਗਾ ਉਹਦੇ ਜੀ ਨਾਲ ਕੋਈ ਵਿਅਕਤੀ ਵੱਡਾ ਬਣ ਜਾਂਦਾ ਚੰਗਾ ਬਣ ਜਾਂਦਾ। ਜੇਕਰ ਇਹ ਹੁੰਦਾ ਤਾਂ ਮਨੀਸ਼ ਸਿਸੋਦੀਆ ਆਪ ਜੇਲ੍ਹ 'ਚ ਨਾ ਬੈਠੇ ਹੁੰਦੇ, ਉਹ ਤਾਂ ਬਿਲਕੁਲ ਬਹੁਤ ਪੜ੍ਹੇ ਲਿਖੇ ਆ। ਜੀ ਸੋ ਇਸੇ ਤਰ੍ਹਾਂ ਹੀ ਇਹਨਾਂ ਦੇ ਜਤਿੰਦਰ ਜੈਨ ਆ ਜਿਹੜੇ, ਜਤਿੰਦਰ ਸਿੰਘ ਆ ਜਿਹੜੇ, ਉਹ ਵੀ ਜੇਲ੍ਹ 'ਚ ਬੈਠੇ ਆ, ਜੀ ਉਹ ਤਾਂ ਸਿੱਖਿਆ ਮੰਤਰੀ ਸੀਗੇ। ਬਿਲਕੁਲ ਜੀ ਸੋ ਕਹਿਣ ਤੋਂ ਭਾਵ ਅੰਦਰ ਬਹਿ ਕੇ ਚਿੱਠੀਆਂ ਲਿਖਣੀਆਂ, ਜੀ ਉਹ ਛੱਜ ਦਾ ਬੋਲੇ ਤਾਂ ਛਾਣ ਨਹੀਂ ਕੀ ਬੋਲੇ। ਜੀ ਇੱਕ ਦੇਸ਼ ਦੇ ਜਿਹੜਾ ਸਿਟਿੰਗ ਪ੍ਰੈਜੀਡੈਂਟ ਹੈ ਉਹਦੇ ਉਹਦੇ ਬਾਰੇ ਚਿੱਠੀਆਂ ਦੇਸ਼ ਵਾਸੀਆਂ ਨੂੰ ਪਾਉਣੀਆਂ, ਆ ਜੀ ਕੌਣ ਰਿਹਾ ਬਿਲਕੁਲ ਜੇਲ੍ਹ 'ਚ ਬੈਠਾ? ਜੀ ਉਹ ਗੱਲ ਕੋਈ ਬਾਹਲੀ ਫਸਦੀ ਨਹੀਂ ਜੀ, ਪ੍ਰਧਾਨ ਮੰਤਰੀ ਆ ਉਹ ਚੁਣਿਆ, ਜੀ ਉਹਦੀ ਟਰਮ ਹੈ ਦੂਜੀ ਪੂਰੀ ਹੋਣ 'ਚ ਤਕਰੀਬਨ 1 ਸਾਲ ਤੋਂ ਘੱਟ ਟਾਈਮ ਰਹਿ ਗਿਆ। ਜੀ ਪਬਲਿਕ ਨੂੰ ਮੇਰਾ ਖਿਆਲ ਨਹੀਂ ਵੀ ਸਿਸੋਦੀਆ ਤੋਂ ਜੇਲ੍ਹ 'ਚ ਜਾ ਕੇ ਰਹਿ ਲੈਣੀ ਪਊ, ਕਿਹਨੂੰ ਵੋਟ ਪਾਉਣੀ ਹੈ? ਬਿਲਕੁਲ ਜੀ ਉਹਨਾਂ ਨੇ ਆਪਣੇ ਆਪ ਇਹ ਰਾਇ ਬਣਾਉਣੀ ਹੈ। ਜੀ ਲੇਕਿਨ ਕੁਛ ਵੀ ਹੋਵੇ ਭੁਪਿੰਦਰ ਜੀ, ਅੱਜ ਕੱਲ ਐਥਿਕਸ ਖਤਮ ਹੋ ਗਏ ਆ ਜੀ ਸਾਰੀਆਂ ਧਿਰਾਂ ਦੇ। ਬਿਲਕੁਲ ਜੀ ਤੇ ਬਰਾੜ ਸਾਹਿਬ ਹਾਂ ਇਹਦੇ ਵਿੱਚ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਰਿਹਾਈ ਹੋਈ ਹੈ, ਚਲੋ ਵਧੀਆ ਗੱਲ ਹੈ, ਆਪਣਾ ਜੋ ਵੀ ਕਰਕੇ ਇੱਕ ਚੰਗੀ ਛਵੀ ਦੇ ਮਾਲਕ ਨੇ ਆਪਣਾ ਸਾਰਾ ਖਾਤਾ ਬਹੀ ਖਾਤਾ ਜਿਹੜਾ ਕਲੀਅਰ ਕਰਕੇ ਆ ਚੁੱਕੇ ਨੇ ਸਿਆਸਤ ਦੇ ਵਿੱਚ ਫਿਰ ਤੋਂ। ਅਤੇ ਪੰਜਾਬ ਦੇ ਵਿੱਚ ਜੋ ਕੁਝ ਵੀ ਚਾਹੇ ਪ੍ਰਜਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੇ ਕੁਝ ਗੱਲਾਂ ਬਾਤਾਂ ਪੰਜਾਬ ਦੇ ਵਿੱਚ ਆਰੰਭੀਆਂ ਨੇ, ਪਰ ਕਿਤੇ ਨਾ ਕਿਤੇ ਪੱਤਰਕਾਰਾਂ ਨੇ ਘੇਰਨ ਦੀ ਵੀ ਕੋਸ਼ਿਸ਼ ਕੀਤੀ ਕਿ ਨਵਜੋਤ ਸਿੰਘ ਸਿੱਧੂ ਹੁਣੀ ਕਿਤੇ ਨਜ਼ਰ ਨਹੀਂ ਆਉਂਦੇ, ਪਰ ਉਹਨਾਂ ਨੇ ਜਿਹੜੀਆਂ ਮੁਲਾਕਾਤਾਂ ਕੀਤੀਆਂ ਨੇ ਰਾਹੁਲ ਗਾਂਧੀ ਹੁਣਾਂ ਦੇ ਨਾਲ ਅਤੇ ਸੋਨੀਆ ਗਾਂਧੀ ਦੇ ਨਾਲ ਜਾਂ ਪ੍ਰਿਯੰਕਾ ਗਾਂਧੀ ਹੁਣਾਂ ਦੇ ਨਾਲ ਕੀਤੀ ਹੈ, ਅਤੇ ਉਸ ਤੋਂ ਬਾਅਦ ਅੱਜ ਜਿਹੜੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਪ੍ਰਧਾਨ ਜਿਹੜੇ ਕਾਂਗਰਸ ਪ੍ਰਧਾਨ ਨੇ ਖੜਗੇ ਹੁਣੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ, ਕਿ ਜਿਹੜੇ ਸਿੱਧੂ ਸਾਹਿਬ ਨੇ ਇਹ ਇੰਟਰਨੈਸ਼ਨਲ ਜਾਂ ਨੈਸ਼ਨਲ ਦੀ ਗੱਲ ਕਰੀਏ ਨੈਸ਼ਨਲ ਪੋਲੀਟਿਕਸ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਜਿਹੜਾ ਜ਼ਮੀਨੀ ਚੋਣਾਂ ਜਾਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਨਜ਼ਰ ਆਉਣਗੇ? ਦੇਖੋ ਭੁਪਿੰਦਰ ਜੀ, ਰਾਜਨੀਤੀ ਦੇ ਵਿੱਚ ਤੁਹਾਡਾ ਵੱਡਾ ਜਿਹੜਾ ਟੂਲ ਹੈ ਹਥਿਆਰ ਉਹ ਹੁੰਦਾ ਤੁਹਾਡੀ ਬੋਲ ਬਣ ਜੀ, ਸਪੀਚ ਓਰੇਟਰ ਜੀ, ਤੁਹਾਡੀ ਕਮਿਊਨੀਕੇਸ਼ਨ ਸਕਿੱਲ ਜੀ। ਨਵਜੋਤ ਸਿੰਘ ਸਿੱਧੂ ਦਾ ਹੁਣ ਤੱਕ ਦਾ ਵਰਤਾਰਾ ਜਿਹੜਾ ਉਹਨੂੰ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਆ ਜੀ, ਦੇਸ਼ ਵਾਸੀ ਚੰਗੀ ਤਰ੍ਹਾਂ ਜਾਣਦੇ ਆ, ਨੈਸ਼ਨਲ ਲੈਵਲ ਤੇ ਵੀ ਉਹਨੇ ਜੇਕਰ ਸ੍ਰੀਮਤੀ ਸੋਨੀਆ ਗਾਂਧੀ ਬਾਰੇ ਘਟੀਆ ਲੈਵਲ ਦੇ ਸ਼ਬਦ ਵਰਤੇ ਹੋਣਗੇ ਤਾਂ ਉਹਨਾਂ ਚੋਂ ਵੀ ਨਵਜੋਤ ਸਿੱਧੂ ਜੀ। ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਸਾਰੀ ਦੁਨੀਆਂ ਸਲਾਹੁੰਦੀ ਸੀ ਜੀ, ਉਹਨਾਂ ਬਾਰੇ ਜਿਸ ਤਰ੍ਹਾਂ ਦੀ ਇਹ ਭਾਸ਼ਾ ਵਰਤੇ ਰਹੇ ਆ ਮੋਨੀ ਬਾਬਾ ਤੇ ਹੋਰ ਜੀ, ਉਹ ਨਵਜੋਤ ਸਿੰਘ ਸਿੱਧੂ ਹੀ ਸੀਗੇ। ਬਿਲਕੁਲ ਜੀ, ਮੋਦੀ ਸਾਹਿਬ ਦੇ ਗੁਣ ਗਾਉਂਦੇ ਰਹੇ ਤੇ ਉਦੋਂ ਬਾਅਦ ਮੋਦੀ ਸਾਹਿਬ ਦੇ ਅਗੇਂਸਟ ਬੋਲਦੇ ਰਹੇ, ਇਹੋ ਸੀ ਜੀ। ਜਿੱਥੋਂ ਤੱਕ ਇਹਨਾਂ ਦੇ ਹੁਣ ਜੇਲ੍ਹ ਤੋਂ ਬਾਹਰ ਆਉਣ ਦੀ ਗੱਲ ਹੈ ਤਾਂ ਜੇਲ੍ਹ ਦੇ ਜਾਣ ਦਾ ਕਾਰਨ ਵੀ ਮੂੰਹ ਦੀ ਜ਼ਬਾਨ ਸੀ ਜੀ, ਕਿਉਂਕਿ ਇੱਕ ਚੈਨਲ ਦੇ ਵਿੱਚ ਇਹਨਾਂ ਨੇ ਖੁਦ ਐਡਮਿਟ ਕੀਤਾ ਸੀ ਕਿ ਯੈਸ ਮੈਂ ਗੁੱਸੇ 'ਚ ਮਾਰਿਆ ਜੀ, ਲੇਕਿਨ ਉਹ ਅੰਦਰ ਆਏ ਤੇ ਬਾਹਰ ਆ ਕੇ ਜਿਸ ਤਰ੍ਹਾਂ ਦੇ ਉਹ ਕਹਿ ਰਹੇ ਕਿ ਮੈਨੂੰ ਇੱਕ ਸਾਜਿਸ਼ ਅਧੀਨ ਭਜਾਇਆ ਗਿਆ ਜੇਲ੍ਹ ਦੇ ਵਿੱਚ ਜੀ, ਤਾਂ ਕੋਈ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦਾ ਸਿਰ ਪਾੜ ਦਿਓ ਜੀ, ਤੁਸੀਂ ਖੁਦ ਤੁਹਾਡੇ ਹੱਥ ਹੈ, ਤੁਹਾਡੇ ਐਕਸ਼ਨ ਹੈ, ਤੁਸੀਂ ਆਪਦੇ ਐਕਸ਼ਨਾਂ ਲਈ ਜ਼ਿੰਮੇਵਾਰ ਹੋ ਜੀ। ਕੁਛ ਵੀ ਹੋਵੇ, ਆਪਣੀ ਜੋ ਪਿਛਲੀ ਗੱਲਬਾਤ ਹੋਈ ਸੀ ਉਹਦੇ ਨਵਜੋਤ ਸਿੰਘ ਰਿਹਾ ਹੋਣਾ ਸੀ ਜੀ, ਤੁਸੀਂ ਪੁੱਛਿਆ ਸੀ ਤੇ ਆਪਾਂ ਇਹੋ ਹੀ ਆਖਿਆ ਸੀ ਕਿ ਨਾ ਤਾਂ ਆਦਤਾਂ ਜਾਂਦੀਆਂ ਜੀ ਤੇ ਨਾ ਉਹਨਾਂ ਦੀ ਬੋਲ ਬਾਣੀ ਆ ਉਹਦੇ ਤੇ ਡਿਪੈਂਡ ਕਰੂਗਾ, ਲੇਕਿਨ ਉਹ ਉਹਨਾਂ ਨੇ ਉਸੇ ਦਿਨ ਹੀ ਸਾਬਤ ਕਰਤਾ ਸੀਗਾ ਜੀ। ਲੇਕਿਨ ਹੁਣ ਉਹ
ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਆਖਿਆ ਵੀ ਰਾਜਾ ਵੜਿੰਗ ਨੂੰ ਸਵਾਲ ਕੀਤੇ ਜਾ ਰਹੇ ਆ, ਜੀ ਤਾਂ ਪੰਜਾਬ ਦੇ ਕਾਂਗਰਸ ਦਾ ਬੱਚਾ ਬੱਚਾ ਜਾਣਦਾ ਇਹਦੇ ਮੂੰਹ ਚੋਂ ਪਤਾ ਨੀ ਕੀ ਨਿਕਲਣਾ ਤੇ ਕਿਹਦੇ ਤੇ ਕਿੰਨਾ ਇਹਨੇ ਟ੍ਰੈਸ ਸੁੱਟ ਦੇਣਾ। ਜੀ ਇਹ ਵਰਤਾਰੇ ਤੋਂ ਹਰ ਕਾਂਗਰਸੀ ਭਲੀ ਭਾਂਤੀ ਜਾਣੂ ਆ, ਜੀ ਲੇਕਿਨ ਪੰਜਾਬ ਦੇ ਉਹ ਛੱਡ ਕੇ ਫਿਰ ਉਹ ਪਹਿਲਾਂ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਉਹਨਾਂ ਨੂੰ ਮਿਲੇ ਜੀ ਤੇ ਅੱਜ ਕਾਂਗਰਸ ਪ੍ਰਧਾਨ ਖੜਗੇ ਨੂੰ ਮਿਲੇ ਆ, ਉਸੇ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਉਹੀ ਬਾਤਾਂ ਹੈ। ਜੀ ਲੇਕਿਨ ਜੋ ਕਣਸੋਆਂ ਆ ਰਹੀਆਂ ਕਿ ਉਹ ਤਰਲੇ ਲੈਂਦੇ ਫਿਰਦੇ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਵੱਡਾ ਅਹੁਦਾ ਮਿਲ ਜਾਵੇ, ਜੀ ਬਿਲਕੁਲ ਜੀ ਜੇਕਰ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਂਦਾ ਤਾਂ ਫਿਰ ਵਿਰੋਧੀਆਂ ਨੂੰ ਭੁਪਿੰਦਰ ਜੀ ਮੇਰਾ ਗੱਲ ਕਾਂਗਰਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਜੀ ਬਿਲਕੁਲ ਜੀ ਬਿਲਕੁਲ ਬਰਾੜ ਸਾਹਿਬ, ਜੀ ਅਤੇ ਬਰਾੜ ਸਾਹਿਬ ਪੱਛਮੀ ਮੁਲਕਾਂ ਦੇ ਵਿੱਚ ਆਖਰੀ ਟਿੱਪਣੀ ਲਵਾਂਗਾ ਕਿ ਜੋ ਈਸਟਰ ਦਾ ਮਾਹੌਲ ਬਣਿਆ ਇਹਨਾਂ ਮੁਲਕਾਂ ਦੇ ਵਿੱਚ, ਚਲੋ ਆਪਾਂ ਵੱਸਦੇ ਹਾਂ ਰਹਿੰਦੇ ਹਾਂ ਇੱਥੇ, ਕਰਮ ਭੂਮੀ ਆਪਣੀ ਹੈ, ਇਹਨਾਂ ਨੇ ਬਹੁਤ ਸਾਨੂੰ ਕੁਝ ਦਿੱਤਾ ਹੈ, ਧਰਮ ਦੀ ਗੱਲ ਚਲੋ ਹਰ ਕਿਸੇ ਦਾ ਸਤਿਕਾਰ ਕਰਨਾ ਬਣਦਾ ਹੈ, ਬਣਦਾ ਦਿਨ ਵੀ ਮਨਾਉਣੇ ਚਾਹੀਦੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਜਿੱਦਾਂ ਦਾ ਦੇਸ਼ ਉੱਦਾਂ ਦਾ ਭੇਸ ਵੀ ਹੋ ਜਾਂਦਾ ਹੈ, ਪਰ ਇਹਨੂੰ ਵੀ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਜਦੋਂ ਭਾਰਤ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿਹੜੇ ਆਪਣੇ RSS ਦੇ ਨੁਮਾਇੰਦੇ ਨੇ ਮੋਹਰੀ ਨੇ ਭਗਵਤ ਹੁਣੀ, ਉਹਨਾਂ ਦਾ ਅੱਜ ਬਿਆਨ ਲੱਗਿਆ ਜੀ, ਬੜਾ ਹੈਰਾਨੀ ਵੀ ਹੁੰਦੀ ਹੈ ਸੁਣ ਕੇ ਕਿ ਇਹਨਾਂ ਇਸ ਖਾਸ ਪਵਿੱਤਰ ਕੋਈ ਵੀ ਧਰਮ ਦਾ ਕੋਈ ਦਿਨ ਤਿਉਹਾਰ ਹੈ ਉਹਦੇ ਉੱਤੇ ਇਸ ਤਰ੍ਹਾਂ ਦਾ ਬਿਆਨ ਹੋਣਾ ਵੀ ਚੰਗੀ ਨਹੀਂ ਹੈ ਇਹਨਾਂ ਮੁਲਕਾਂ 'ਚ, ਚਲੋ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੂੰ ਸੈਲੀਬ੍ਰੇਟ ਕਰਦੇ ਨੇ। ਪਰ ਭਾਗਵਤ ਸਾਹਿਬ ਕਹਿੰਦੇ ਨੇ ਜੀ ਦੇਸ਼ ਦੇ ਚਾਰ ਜਿਹੜੇ ਦੱਖਣੀ ਰਾਜਾਂ ਦੇ ਵਿੱਚ ਹਿੰਦੂ ਅਧਿਆਤਮਕ ਗੁਰੂਆਂ ਨੇ ਜਿਹੜਾ ਹੈ ਲੋਕਾਂ ਦੀ ਜਿਹੜੀ ਹੈ ਈਸਾਈਆਂ ਈਸਾਈ ਜਿਹੜੇ ਮਸ਼ੀਨਰੀ ਸੀਗੇ ਉਹਨਾਂ ਦੇ ਉਹਨਾਂ ਨਾਲੋਂ ਵੀ ਵੱਧ ਸੇਵਾ ਕੀਤੀ ਹੈ ਜੀ। ਪਹਿਲਾਂ ਤਾਂ ਭੁਪਿੰਦਰ ਜੀ ਆਪਾਂ ਗੱਲ ਕਰੀਏ, ਅੱਜ ਗੁੱਡ ਫਰਾਈਡੇ ਹੈ ਤੇ ਸੰਡੇ ਨੂੰ ਬਿਲਕੁਲ ਜੀ ਪਵਿੱਤਰ ਤਿਉਹਾਰ ਹੈ, ਵੀ ਵਿਸ਼ ਐਵਰੀਬਾਡੀ ਹੈਪੀ ਈਸਟਰ, ਬਿਲਕੁਲ ਜੀ ਹਰ ਤਰ੍ਹਾਂ ਦੇ ਜੋ ਤਿਉਹਾਰ ਧਾਰਮਿਕ ਹੁੰਦੇ ਉਹਨਾਂ ਦੀ ਰਿਸਪੈਕਟ ਕਰਨੀ ਹੈ ਸਭ ਨੂੰ ਬਣ ਜੀ। ਔਰ ਮੈਂ ਇੰਡੀਆ ਕਿਸੇ ਨੂੰ ਕਾਲ ਕੀਤੀ ਮਿੱਤਰ ਪਿਆਰੇ ਨੂੰ ਤੇ ਉਹ ਕਹਿੰਦੇ ਸੰਤ ਛੁੱਟੀ ਹੈ ਗੁੱਡ ਫਰਾਈਡੇ, ਬਿਲਕੁਲ ਜੀ ਮੈਂ ਕਿਹਾ ਵੀ ਅਸੀਂ ਤਾਂ ਕੰਮ ਕਰੀ ਜਾਂਦੇ ਅਮਰੀਕਾ ਚ ਬੈਠੇ ਦਾ ਜੀ, ਤੁਹਾਡੇ ਜਿਹੜੀ ਸ਼ਰਧਾ ਭਾਵਨਾ ਹੈ ਉਹ ਲੋੜ ਤੋਂ ਵੱਧ ਹੈ ਥੋੜੀ ਜੀ, ਬਿਲਕੁਲ ਜੀ ਲੇਕਿਨ ਕੁਛ ਵੀ ਹੋਵੇ ਸਾਰੇ ਤਿਉਹਾਰਾਂ ਨੂੰ ਥਾਂ ਮਿਲਦਾ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਬਿਲਕੁਲ। ਲੇਕਿਨ ਜੇਕਰ ਭੁਪਿੰਦਰ ਜੀ ਸਟੇਟਮੈਂਟ ਦੀ ਗੱਲ ਕਰੀਏ ਤਾਂ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਜੀ ਹੁਣ ਭਗਵਤ ਜੀ ਨੇ ਕਿ ਇਤਿਹਾਸ ਹਿੰਦੂ ਅਧਿਆਤਮਕ ਗੁਰੂ ਜੀ ਜਿਹੜੇ ਅਧਿਆਤਮਕ ਗੁਰੂ ਹੁੰਦੇ ਕਿਸੇ ਇੱਕ ਫਿਰਕੇ ਦੇ ਨਹੀਂ ਹੁੰਦੇ ਜੀ, ਪਹਿਲੀ ਗੱਲ ਬਿਲਕੁਲ ਉਹ ਸਭ ਦੇ ਸਾਂਝੇ ਹੁੰਦੇ ਆ, ਉਹਨਾਂ ਦਾ ਜੋ ਸੰਦੇਸ਼ ਵੀ ਸਾਂਝਾ ਹੁੰਦਾ ਜੀ। ਅਸੀਂ ਬਹੁਤ ਵਾਰੀ ਅਸੀਂ ਆਪਣੇ ਆਪ ਨੂੰ ਸਿੱਖਾਂ ਨੂੰ ਅਸੀਂ ਜ਼ੋਰ ਲਾ ਲਾ ਕਹਿੰਦੇ ਕਿ ਅਸੀਂ ਵੱਖਰੇ ਹਾਂ ਜੀ, ਲੇਕਿਨ ਜਿਹੜਾ ਸਾਡਾ ਸੰਦੇਸ਼ ਹੈ ਨਾ ਅਸਲ ਚ ਜਿੰਨਾ ਸੰਦੇਸ਼ ਸਿੱਖ ਧਰਮ ਦਾ ਯੂਨੀਵਰਸਲ ਹੈ ਜੀ ਉਹਦੇ ਤੇ ਅਸੀਂ ਕਦੇ ਮਾਣ ਨਹੀਂ ਕੀਤਾ, ਬਿਲਕੁਲ ਮਨੁੱਖਤਾ ਦੇ ਲਈ ਆਪਣੇ ਆਪ ਨੂੰ ਸਿਮਟ ਕੇ ਵੇਖਣਾ ਚਾਹੁੰਦੇ ਹਾਂ, ਸਰਬੰਧ ਦਾ ਭਲਾ ਮੰਗਣਾ ਇਹ ਸਿੱਖ ਧਰਮ ਦੇ ਮਾਣ ਮੱਤੇ ਸਕੂਲਾਂ ਚ ਜੀ। ਗੁਰੂ ਮਹਾਰਾਜ ਦੀ ਆਰਤੀ ਨੂੰ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਜੀ ਧੂਪ ਲੋ ਮਲਿਆਨ ਝਬਰੋ ਕਰੇ ਆਪਾਂ ਸਾਰੇ ਜਾਣਦੇ ਹਾਂ ਜੀ, ਸਾਰੇ ਬ੍ਰਹਿਮੰਡ ਨੂੰ ਉਹਨਾਂ ਨੇ ਆਖਿਆ ਕਿ ਭਾਈ ਤੇਰੀ ਆਰਤੀ ਹੋ ਰਹੀ ਬੰਦਾ ਤੇਰੀ ਆਰਤੀ ਕੀ ਕਰ ਸਕਦਾ ਜੀ, ਇਹ ਯੂਨੀਵਰਸਲ ਗੱਲ ਹੈ ਬਿਲਕੁਲ ਜੀ। ਔਰ ਸੰਦੇਸ਼ ਜਿਹੜਾ ਹੈ ਕਿਰਤ ਕਰਨੀ ਵੰਡ ਖਾਣਾ ਜੀ, ਦੀਜ਼ ਆਰ ਆਲ ਬਿਗ ਸੰਦੇਸ਼ ਹੈ ਜੀ ਜਿਹੜੇ ਵਰਡ ਅਸੀਂ ਕਹਾਂਗੇ ਮਨੁੱਖਤਾ ਲਈ ਸਾਂਝੇ ਹੈ, ਉਹਦੇ ਵਿੱਚ ਕਿਸੇ ਇੱਕ ਫਿਰਕੇ ਲਈ ਨਹੀਂ ਗੇ, ਬਿਲਕੁਲ ਜੀ ਉਹਨਾਂ ਦੇ ਜਿਹੜੇ ਮੇਨ ਆਪਣੇ ਚਾਹੇ ਗੁਰੂ ਨਾਨਕ ਸਾਹਿਬ ਸਨ ਚਾਹੇ ਜੀਸਸ ਕ੍ਰਾਈਸਟ ਹੋਇਆ, ਤਾਂ ਉਹਨੇ ਵੀ ਜਿਹੜੀਆਂ ਭੇਡਾਂ ਚਾਰੀਆਂ ਨੇ ਜਾਨਵਰ ਚਾਰੇ ਨੇ ਗੁਰੂ ਸਾਹਿਬਾਨ ਨੇ ਆਪਣੇ ਖੇਤੀ ਕੀਤੀ ਹੈ, ਪਰ ਉਹ ਸਾਡੇ ਲੋਕ ਉਹ ਚੀਜ਼ ਨੂੰ ਸਮਝਣ ਦੀ ਬਜਾਏ ਜੀ ਜ਼ਿਆਦਾ ਪੋਲੀਟਿਕਸ ਨੂੰ ਅਹਿਮੀਅਤ ਜ਼ਿਆਦਾ ਦੇਣ ਲੱਗ ਗਏ ਨੇ, ਜਾਂ ਵਾਈਟ ਕਾਲਰ ਜੋਬ ਬਰਾੜ ਸਾਹਿਬ ਲੱਭਣ ਦੀ ਜ਼ਿਆਦਾ ਕੋਸ਼ਿਸ਼ ਦੇ ਵਿੱਚ ਨੇ। ਦੇਖੋ ਜੀ ਪੋਲੀਟੀਸ਼ੀਅਨਾਂ ਨੇ ਪੋਲੀਟੀਸ਼ੀਅਨ ਵਾਲੇ ਕੰਮ ਕਰਨੇ ਆ ਜੀ, ਉਹਨਾਂ ਦੇ ਮੋਹ ਹੁਣ ਭਗਵਤ ਧੂਰਾ ਨੇ ਕੀਤਾ, ਮੇਰਾ ਖਿਆਲ ਹੈ ਵੀ ਉਹਨਾਂ ਨੇ ਇਸ ਦਿਨ ਕਹਿਣ ਦੀ ਲੋੜ ਨਹੀਂ ਸੀਗੀ ਜੀ, ਉਹ ਵੀ ਕਹਿੰਦੇ ਗਏ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਪੰਜਾਬ ਦੇ ਵਿੱਚ ਵੀ ਆਪਾਂ ਕਿੱਥੋਂ ਸ਼ੁਰੂ ਕੀਤਾ ਸੀ ਕੀਤਾ ਸੀਗਾ ਜੀ, ਸੋ ਕਹਿਣ ਤੋਂ ਭਾਵ ਵੀ ਇਹਨਾਂ ਮਹਾਰਿਸ਼ੀਆਂ ਨੂੰ ਆਪਦੇ ਕੰਮ ਕਰਨ ਦਿਓ ਜੀ, ਧਰਮ ਹੈ ਜਿਹੜਾ ਉਹ ਬਹੁਤ ਵੱਡਾ ਹੈ, ਇਹਨਾਂ ਚ ਵੀ ਹੈਗੇ ਬਾਹਰ ਵੀ ਬਥੇਰੇ ਹੈਗੇ ਆ ਬਿਲਕੁਲ,
ਇਹਨਾਂ ਦੇ ਵਿੱਚ ਵੀ ਕੋਈ ਮਤਲਬ ਦੇਖੋ ਚੰਗਿਆਈ ਤੇ ਬੁਰਿਆਈ ਨਾਲ ਨਾਲ ਚੱਲ ਬਿਲਕੁਲ ਜੀ ਪਰ ਅਗੇਨ ਜਿਹੜਾ ਬਾਣੀ ਦਾ ਸੰਦੇਸ਼ ਹੈ ਜਾਂ ਕਿਸੇ ਵੀ ਧਰਮ ਦਾ ਸੰਦੇਸ਼ ਹੈ ਉਹ ਹੈਗਾ ਕਿ ਟਰੁੱਥ ਆਲਵੇਜ਼ ਪ੍ਰਵੇਲ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਕੂੜ ਮਖੂਟੇ ਨਾਨਕਾ ਓੜਕ ਸੱਚ ਰਹੀ ਬਿਲਕੁਲ ਜੀ ਦੈਟਸ ਵਾਟ ਇਟ ਇਜ਼ ਬਿਲਕੁਲ ਲੇਕਿਨ ਸਾਰੇ ਧਰਮਾਂ ਦੇ ਵਿੱਚ ਭੁਪਿੰਦਰ ਜੀ ਸ਼ਾਂਤੀ ਵਾਲੀ ਵੀ ਹੈਗੀ ਅੱਗ ਲਾਉਣ ਵਾਲੀ ਹੈਗੀ ਹੈ ਬਿਲਕੁਲ ਬਰਾਦਰ ਸਰ ਇਹ ਮਨੁੱਖੀ ਸੁਭਾਅ ਹੈ ਜੀ ਉਹ ਕਹਿੰਦੇ ਹੁੰਦੇ ਨਾ ਜਿਹੜੇ ਕਾਨੂੰਨ ਪੜ੍ਹਦੇ ਆ ਮੈਂ ਇੱਕ ਵਾਰੀ ਸ਼ੁਰੂ ਕੀਤੀ IPS ਬਾਰੇ ਪੜ੍ਹਨਾ ਜੀ ਵੀ ਮਤਲਬ ਜਦੋਂ ਸਟੂਡੈਂਟ ਹੁੰਦੇ ਸੀ ਉਹ ਜਿਹੜੀ ਇੱਕ ਗੱਲ ਮੈਨੂੰ ਲੱਗੀ ਕਿ ਜਿਹੜਾ ਮਨੁੱਖ ਦਾ ਸ਼ਰਾਰਤੀ ਦਿਮਾਗ ਹੈ ਜੀ ਇਹ ਦਿਮਾਗ 'ਚ ਜਦੋਂ ਮਨੁੱਖ ਸਮਾਜ ਵਿਰੋਧੀ ਕਾਰਵਾਈਆਂ ਕਰਦਾ ਤਾਂ ਪੁਲਿਸ ਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜੀ ਸੋ ਇਸੇ ਤਰ੍ਹਾਂ ਹੀ ਧਾਰਮਿਕ ਖੇਤਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਸ਼ਰਾਰਤੀ ਦਿਮਾਗ ਹੈਗੇ ਆ ਜੀ ਜਿਹੜੇ ਸਮੇਂ ਸਮੇਂ ਸਿਰ ਅਸੀਂ ਕਹਾਂਗੇ ਕਿ ਦੁੱਧ ਕਾਂਜੀ ਮਰਾਉਣ ਦੀ ਕੋਈ ਕਸਰ ਨਹੀਂ ਛੱਡਦੇ ਬਿਲਕੁਲ ਅਦਰਵਾਈਜ਼ ਦੁਨੀਆ ਭਰ ਦੇ ਵਿੱਚ ਅੱਜ ਗੁੱਡ ਫਰਾਈਡੇ ਮਨਾਇਆ ਜਾ ਰਿਹਾ ਭੁਪਿੰਦਰ ਜੀ ਬਿਲਕੁਲ ਜੀ ਤਿੰਨ ਦਿਨ ਇਹਨਾਂ ਦੇ ਪਵਿੱਤਰ ਤਿਆ ਦਿਨ ਹੁੰਦੇ ਆ ਸੰਡੇ ਨੂੰ ਈਸਟਰ ਹੈ ਬਿਲਕੁਲ ਜੀ ਇਹ ਚਰਚ ਜਾਂਦੇ ਆ ਲੋਕ ਆਪਦਾ ਸੈਲੀਬ੍ਰੇਟ ਕਰਦੇ ਆ ਜੀ ਤੇ ਮੇਰਾ ਖਿਆਲ ਹੈ ਵੀ ਖੁਸ਼ੀ ਵੇਲੇ ਖੁਸ਼ੀਆਂ ਦੀ ਗੱਲ ਹੀ ਕਰਨੀ ਚਾਹੀਦੀ ਆ ਬਿਲਕੁਲ ਆਪਾਂ ਬਰਾੜ ਸਾਹਿਬ ਉਸ ਤਰ੍ਹਾਂ ਦੀ ਗੱਲਾਂ ਨੂੰ ਉੱਧਰ ਵਧਾਈਏ ਜੀ ਬਿਲਕੁਲ ਜੀ ਥੈਂਕ ਯੂ ਬਰਾੜ ਸਾਹਿਬ ਬੜਾ ਤੁਸੀਂ ਸਮਾਂ ਦਿੱਤਾ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਜੀ ਉਹਨਾਂ ਨੇ ਪਸੰਦ ਵੀ ਕੀਤਾ ਹੈ ਪ੍ਰੋਗਰਾਮ ਨੂੰ ਸਾਰੇ ਬਾਅਦ ਦੇ ਵਿੱਚ ਮੈਂ ਨਾਮ ਜ਼ਰੂਰ ਲੈ ਦਾਂਗਾ ਅਤੇ ਤੁਹਾਨੂੰ ਵੀ ਲੌਂਗ ਵੀਕਐਂਡ ਮੁਬਾਰਕ ਹੋਵੇ ਜੀ ਅਤੇ ਖੁਸ਼ੀਆਂ ਪਰਿਵਾਰਾਂ ਦੇ ਵਿੱਚ ਅਤੇ ਸਾਥ ਮਿਲੇ ਜੀ ਅਤੇ ਕੰਮਾਂ ਕਾਰਾਂ ਦੇ ਵਿੱਚ ਵੀ ਬਰਕਤਾਂ ਪੈਣ ਜੀ ਜੀ ਬਰਾੜ ਸਾਹਿਬ ਕੁਝ ਰਹਿ ਗਿਆ ਹੋਵੇ ਤਾਂ ਪੂਰਾ ਕਰ ਦਿਓ ਜੀ ਸਾਰੀਆਂ ਸ਼ਖਸੀਅਤਾਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਗੁਰਫਤਿਹ ਜੀ ਸਾਰਿਆਂ ਨੂੰ ਵੰਡਰਫੁਲ ਵੀਕਐਂਡ ਹੈਪੀ ਈਸਟਰ ਜੀ ਖੁਸ਼ ਰਹੋ ਵਾਹਿਗੁਰੂ ਦਾ ਨਾਂ ਲਓ ਤੇ ਮੌਜਾਂ ਮਾਣੋ ਜ਼ਿੰਦਗੀ ਹੈ ਜਿਹੜੀ ਲਾਈਫ ਇਜ਼ ਆਲਵੇਜ਼ ਬਿਊਟੀਫੁਲ ਬਿਲਕੁਲ ਜੀ ਬਿਲਕੁਲ ਜੀ ਸੋ ਨਫ਼ਰਤ ਤੋਂ ਦੂਰ ਰਹੋ ਦੁਨੀਆਂ ਦੇ ਵਿੱਚ ਕੁਦਰਤ ਨੇ ਜਾਂ ਸਾਰਾ ਅੱਜ ਸ੍ਰਿਸ਼ਟੀ ਹੈ ਸਾਰੀ ਇਹ ਤੁਹਾਨੂੰ ਪੋਜ਼ਿਟਿਵ ਵੱਲ ਲਈ ਮੋੜਦੀ ਹੈ ਜੀ ਇਹ ਤਾਂ ਸਾਡੇ ਆਪਣੇ ਵਰਤਾਰੇ ਆ ਕਿ ਅਸੀਂ ਉਹਨਾਂ ਮੁਤਾਬਕ ਜ਼ਿੰਦਗੀ ਜਿਉਂਦੇ ਨਹੀਂ ਜੀ ਤੇ ਦੁੱਖਾਂ ਦੇ ਕਾਰਨ ਬਣਦੇ ਆ ਤੇ ਐਨੀ ਵੇ ਭੁਪਿੰਦਰ ਜੀ ਫਿਰ ਆਪਾਂ ਹਾਜ਼ਰ ਹੋਵਾਂਗੇ ਮੰਡੇ ਜ਼ਰੂਰ ਜੀ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਥੈਂਕ ਯੂ ਬਰਾਦਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਬਰਾਦਰ ਸਾਹਿਬ ਸ਼ੁਕਰੀਆ ਜੀ ਤੇ ਲਓ ਦੋਸਤੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਸਤਿਕਾਰ ਸਤਪਾਲ ਸਿੰਘ ਬਰਾੜ ਸਾਹਿਬ ਸਾਡੇ ਟੀਮ ਮੈਂਬਰ ਸਾਹਿਬਾਨ ਕੁਝ ਤੁਹਾਡੇ ਮੈਸੇਜ ਜਿਹੜੇ ਆਏ ਨੇ ਉਹਨਾਂ ਦਾ ਸਾਂਝ ਪਾ ਕੇ ਤਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ 5-7 ਮਿੰਟ ਜੇਕਰ ਗੱਲਬਾਤ ਕਰਨੀ ਚਾਹੁੰਦੇ ਨਿੱਘਾ ਸਵਾਗਤ ਹੈ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਵੀ ਝਾਤ ਕੁਝ ਮਾਰਦੇ ਹਾਂ ਕੀ ਕੁਝ ਦੁਨੀਆਦਾਰੀ ਦੇ ਵਿੱਚ ਹੋਰ ਵੀ ਵਾਪਰ ਰਿਹਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਨਾਵਲ ਹੈ ਰੇਤ ਉਸਦਾ ਲਾਸਟ ਅਖੀਰਲਾ ਜਿਹੜਾ ਲੜੀਵਾਰ ਭਾਗ ਹੈ ਤੁਹਾਡੇ ਲਈ ਅੱਜ 20ਵਾਂ ਪੇਸ਼ ਕਰਨਾ ਹੈ ਨਾਵਲ ਰੇਤ ਹਰਜੀਤ ਟਵਾਲ ਹੁਣਾਂ ਦੀ ਕਲਮ ਹੈ ਉਸ ਦੇ ਵਿੱਚੋਂ ਅਤੇ ਨਾਲ ਦੀ ਨਾਲ ਸਮਾਪਤੀ ਤੋਂ ਬਾਅਦ ਇਸ ਨਾਵਲ ਦੀ ਆਪਣੇ ਨਾਲ ਜੁੜਨਗੇ ਇਸ ਨਾਵਲ ਦੇ ਕਰਤਾ ਧਰਤਾ ਬਾ ਕਮਾਲ ਰਾਈਟਰ ਨੇ ਅਤੇ ਬਾਹਰਲੇ ਮੁਲਕ ਪ੍ਰਦੇਸ਼ਾਂ ਦੇ ਵਿੱਚ ਵੱਸ ਕੇ ਵੀ ਆਪਣਾ ਜਿੰਨਾ ਵੱਡਾ ਯੋਗਦਾਨ ਸਾਹਿਤ ਦੇ ਵਿੱਚ ਪਾ ਰਹੇ ਨੇ ਹੋਰ ਬਹੁਤ ਸਾਰੀਆਂ ਪਰਚੇ ਵੀ ਚਲਾਉਂਦੇ ਨੇ ਹੋਰ ਬਹੁਤ ਸਾਰੀਆਂ ਮੈਗਜ਼ੀਨਾਂ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਹੈ ਅਤੇ ਬਹੁਤ ਸਾਰੀਆਂ ਸੱਥਾਂ ਕਹਿ ਸਕਦੇ ਹਾਂ ਕਿ ਜਿਹੜੀਆਂ UK ਦੇ ਵਿੱਚ ਉਹਨਾਂ ਦੇ ਵਿੱਚ ਵੀ ਸ਼ਮੂਲੀਅਤ ਉਹਨਾਂ ਦੀ ਬਰਕਰਾਰ ਰਹਿੰਦੀ ਹੈ ਅਤੇ ਸਾਹਿਤ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਨਾਲ ਜੋੜਨ ਦੀ ਚਾਹਤ ਦੇ ਵਿੱਚ ਆਪਣਾ ਫਰਜ਼ ਜਿਹੜਾ ਇਹਨਾਂ ਮੁਲਕਾਂ 'ਚ ਵੀ ਨਿਭਾ ਰਹੇ ਨੇ ਅਤੇ ਉਹਨਾਂ ਦੇ ਨਾਲ ਮੁਲਾਕਾਤ ਅੱਜ ਹੋਵੇਗੀ ਅਤੇ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ +358 44 ਸਟੂਡੀਓ ਦਾ ਨੰਬਰ ਹੈ ਅਤੇ ਇਸ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਨਾਵਲ ਜਿਹੜਾ ਆ ਜਾਂ ਉਹਨਾਂ ਦੀਆਂ ਕਿਤਾਬਾਂ ਜਿੰਨੀਆਂ ਵੀ ਆਪਾਂ ਸਾਂਝੀਆਂ ਕੀਤੀਆਂ ਨੇ ਕਿਵੇਂ ਲੱਗਦੀਆਂ ਨੇ ਉਸ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ ਸਾਡੇ ਨਾਲ ਜੁੜੇ ਹੋਏ ਨੇ ਜੀ ਖਾਜ਼ੀ ਖਿਜ਼ਾਰ ਜੀ ਕਹਿ ਰਹੇ ਨੇ ਸਤਿ ਸਲਾਮ ਵਾਲੀਕੁਮ ਕਹਿੰਦੇ ਨੇ ਜੀ ਸਰਦਾਰ ਜੀ ਖਿਜ਼ਾਰ ਫਰੋਮ ਜਿਹੜਾ ਬਹਾਵਲਪੁਰ ਤੋਂ ਪਾਕਿਸਤਾਨ ਤੋਂ ਸੁਣ ਰਹੇ ਨੇ ਪ੍ਰੋਗਰਾਮ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਅਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਅਕਰਮ ਰਾਹੀ ਕਹਿੰਦੇ ਮੈਂ ਹਾਂ ਜੀ ਮਿੱਟੀ ਸੌਂਗ ਜਿਹੜਾ ਪਲੀਜ਼ ਪਲੇ ਕਰ ਦਿਓ ਜੀ ਮਾਫੀ ਚਾਹੁੰਦਾ ਜੀ ਜਿਹੜਾ ਫਰਮੈਸ਼ੀ ਪ੍ਰੋਗਰਾਮ ਨਹੀਂ ਹੁੰਦਾ ਆਪਣਾ ਅਤੇ ਗੀਤ ਸੰਗੀਤ ਦੇ ਵਿੱਚ ਬਹੁਤ ਘੱਟ ਜਿਹੜਾ ਚਲਾਇਆ ਜਾਂਦਾ ਹੈ ਕਿਉਂਕਿ ਚਲੰਤ ਮਸਲਿਆਂ ਦੇ ਉੱਤੇ ਗੱਲਬਾਤ ਹੋ ਰਹੀ ਸੀ ਆਪਣੇ ਨਾਲ ਬਰਾੜ ਸਾਹਿਬ ਦੇ ਨਾਲ
ਅਤੇ ਸਾਡੇ ਟੀਮ ਮੈਂਬਰ ਸਾਹਿਬਾਨ। ਇਸੇ ਤਰ੍ਹਾਂ ਹੀ ਜਿਹੜਾ ਹੋਰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ, ਪੋਲੀਟਿਕਸ ਹੋ ਗਿਆ ਜਾਂ ਸਿਆਸਤ, ਵਿਰਾਸਤ, ਹੋਰ ਬਹੁਤ ਸਾਰਿਆਂ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ। ਹਰ ਦਿਨ ਵੱਖਰਾ ਵੱਖਰਾ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੇ ਲਈ ਪ੍ਰੋਗਰਾਮ ਜਿਹੜਾ 10:30 ਭਾਰਤੀ ਸਮੇਂ ਦੇ ਅਨੁਸਾਰ ਜਿਹੜਾ ਪੇਸ਼ ਕੀਤਾ ਜਾਂਦਾ ਹੈ। ਅਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਪੇਸ਼ ਹੁੰਦੀਆਂ ਨੇ, ਅਤੇ ਗੀਤ ਸੰਗੀਤ ਦਾ ਜਿਹੜਾ ਇੱਕ ਜਿਹੜਾ ਕਹਿ ਸਕਦੇ ਹਾਂ ਇਸ ਦੇ ਵਿੱਚ ਮਾਹੌਲ ਬਹੁਤ ਘੱਟ ਬਣਦਾ ਹੈ ਜੀ, ਅਤੇ ਨਾ ਹੀ ਅਸੀਂ ਕੁਛ ਖਾਸ ਕਰਕੇ ਅਖੀਰ ਦੇ ਵਿੱਚ ਕੋਈ ਨਾ ਕੋਈ ਪਲੇ ਕਰ ਦੇਈਦਾ ਹੈ ਸੌਂਗ ਜਾਂ ਸ਼ੁਰੂਆਤ ਦੇ ਵਿੱਚ, ਪਰ ਪ੍ਰੋਗਰਾਮ ਦੇ ਵਿੱਚ ਬਹੁਤ ਘੱਟ ਹੁੰਦਾ ਹੈ। ਪਰ ਟੈਲੀਗ੍ਰਾਮ ਜਾਂ ਜਿਹੜਾ ਆਪਣਾ ਕਹਿ ਸਕਦੇ ਹਾਂ ਕਿ ਜਦੋਂ ਨਾਵਲ ਚੱਲਦਾ ਹੈ ਤਾਂ ਉਸ ਦੇ ਵਿੱਚ ਜ਼ਰੂਰ ਮਤਲਬ ਕਿ ਅੱਧਾ ਕੁ ਮਿੰਟ ਦੇ ਲਈ ਕੋਈ ਨਾ ਕੋਈ ਸੌਂਗ ਜ਼ਰੂਰ ਤੁਹਾਡੇ ਲਈ ਸਾਂਝਾ ਕੀਤਾ ਜਾਂਦਾ ਹੈ। ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਤੁਹਾਡਾ, ਉਮੀਦ ਹੈ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਅਤੇ ਹਰਵਿੰਦਰ ਜੋਲ ਭੈਣ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਸਰਬਜੀਤ ਕੌਰ ਜੀ ਸਤਿ ਸ਼੍ਰੀ ਅਕਾਲ, ਜਗਤਾਰ ਸਿੰਘ ਰਾਏ ਸਾਹਿਬ ਸਤਿ ਸ਼੍ਰੀ ਅਕਾਲ, ਅਤੇ ਇਸੇ ਤਰ੍ਹਾਂ ਜੀ ਖੁਸ਼ਪਾਲ ਸਿੰਘ ਮਹਿਤਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਅਤੇ ਭੁਪਿੰਦਰ ਭਾਰਤ ਜੀ ਨੂੰ, ਭਾਅ ਜੀ ਨੂੰ ਭੇਜੀ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਪ੍ਰੋਗਰਾਮ ਕਹਿੰਦੇ ਸੁਣ ਰਹੇ ਹਾਂ, ਵੈਲਕਮ ਕਹਿੰਦੇ ਨੇ, ਅਤੇ ਇਸੇ ਤਰ੍ਹਾਂ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ ਅਤੇ ਨਾਲ ਦੀ ਨਾਲ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ। ਜਗਦੇਵ ਸੰਧੂ ਸਾਹਿਬ ਪ੍ਰੋਗਰਾਮ ਸੁਣ ਰਹੇ ਨੇ, ਪਸੰਦ ਕਰ ਰਹੇ ਨੇ, ਸੁਰਜੀਤ ਭਾਰਤ ਜੀ, ਹਰਵਿੰਦਰ ਜੋਲ ਜੀ, ਸਰਬਜੀਤ ਕੌਰ, ਗੁਰਦੀਪ ਸਿੰਘ ਜੀ ਅਤੇ ਜਗਤਾਰ ਸਿੰਘ ਰਾਏ ਸਾਹਿਬ, ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਲਓ ਦੋਸਤੋ, ਅਗਲੀਆਂ ਗੱਲਾਂ ਬਾਤਾਂ ਜਿਹੜੀਆਂ ਕੁਝ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ, ਅਤੇ ਕੁਝ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦੇ ਵੱਲ ਵੀ ਨਿਗਾਹ ਮਾਰਦੇ ਹਾਂ ਨਾਲ ਦੀ ਨਾਲ। ਜਿਹੜੇ ਹੋਰ ਵੀ ਜੇਕਰ ਕਿਸੇ ਦੋਸਤ ਦਾ ਸੁਨੇਹਾ ਮੈਂ ਲੈਣਾ ਭੁੱਲ ਗਿਆ ਹਾਂ, ਅਤੇ ਤੁਹਾਡੇ ਲਈ ਲਾਈਨਾਂ ਖੁੱਲੀਆਂ ਨੇ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਨਮਸਕਾਰ ਅਦਰਨੀਏ ਬਰਾੜ ਸਾਹਿਬ ਜੀ ਔਰ ਸਭੀ ਸਰੋਤਾਓ ਕੋ, ਕਹਿੰਦੇ ਜੀ ਹਰਿਆਣਾ ਸਿਰਸਾ ਹਰਿਆਣਾ ਹਿਸਾਰ ਸੇ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਨਮਸਕਾਰ ਕਰ ਰਹੇ ਨੇ। ਬਲਵਿੰਦਰ ਸਿੰਘ ਜੀ ਕਨੇਡਾ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਅਤੇ ਲਓ ਦੋਸਤੋ, ਇਹ ਸਨ ਤੁਹਾਡੇ ਸੁਨੇਹੇ, ਅਤੇ ਨਾਲ ਦੀ ਨਾਲ ਹੁਣ ਪ੍ਰੋਗਰਾਮ ਇਸ ਵਕਤ ਜਿਹੜਾ ਫੇਸਬੁੱਕ ਦੇ ਉੱਤੇ, ਦੁਆਬਾ ਰੇਡੀਓ ਦੀ ਐਪ ਦੇ ਉੱਤੇ, ਦੁਆਬਾ ਰੇਡੀਓ ਵੈਬਸਾਈਟ ਦੇ ਉੱਤੇ, ਅਤੇ ਇਸੇ ਤਰ੍ਹਾਂ ਹੀ ਦੁਆਬਾ ਰੇਡੀਓ ਜਿਹੜਾ ਯੂਟਿਊਬ ਚੈਨਲ ਹੈ ਉਸ ਦੇ ਉੱਤੇ ਲਾਈਵ ਹੈ, ਅਤੇ ਟੈਲੀਗ੍ਰਾਮ ਦੇ ਉੱਤੇ ਤੁਹਾਡੇ ਲਈ ਮੈਸੇਜ ਦੇ ਰਾਹੀਂ ਜਿਹੜਾ ਤੁਹਾਡੇ ਲਈ ਕਰ ਦਿੱਤੇ ਗਏ ਨੇ ਜੀ ਸੁਨੇਹੇ ਲਿੰਕ ਸਾਂਝੇ, ਅਤੇ ਉਹਨਾਂ ਨੂੰ ਤੁਸੀਂ ਟੱਚ ਕਰਕੇ ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਸੁਰਿੰਦਰ ਕੌਰ ਮਾਹਲ ਜੀ ਕਹਿ ਰਹੇ ਨੇ ਜੀ ਸਤਿ ਸ਼੍ਰੀ ਅਕਾਲ ਭੁਪਿੰਦਰ ਜੀ, ਅਤੇ ਦੁਆਬਾ ਰੇਡੀਓ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ। ਇਸੇ ਤਰ੍ਹਾਂ ਅਮਰਜੀਤ ਕੌਰ ਜੀ UK ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਲਓ ਜੀ ਦੋਸਤੋ, ਕੁਝ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ, ਅਤੇ ਅਗਲੀ ਗੱਲਬਾਤ ਜਿਹੜੀ ਹੋਵੇਗੀ ਆਪਣੀ ਕਰਨੀ ਹੈ ਨਾਵਲ ਦੀ, ਅਤੇ ਨਾਵਲ ਦਿਆ ਜਿਹੜਾ ਆਪਾਂ ਇਸੇ ਤਰ੍ਹਾਂ ਤੁਹਾਨੂੰ ਜਿਹੜਾ ਫੇਸਬੁੱਕ ਪੇਜ ਦੇ ਉੱਤੇ, ਅਤੇ ਨਾਲ ਦੀ ਨਾਲ ਐਂਡਰੋਇਡ ਐਪ ਅਤੇ ਦੁਆਬਾ ਰੇਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਨੰਦ ਮਾਣ ਸਕਦੇ ਹੋ। ਯੂਟਿਊਬ ਤੋਂ ਉੱਤੋਂ ਆਪਾਂ ਥੋੜ੍ਹਾ ਜਿਹਾ ਲਿੰਕ ਜਿਹੜਾ ਨਾਵਲ ਦਾ ਜਿਹੜਾ ਕੱਟ ਦਿੰਦੇ ਹੁੰਦੇ ਹਾਂ, ਕਿਉਂਕਿ ਉਹਦੇ ਵਿੱਚ ਥੋੜ੍ਹਾ ਜਿਹਾ ਪ੍ਰੋਬਲਮ ਆ ਜਾਂਦੀ ਜੀ, ਗੀਤ ਸੰਗੀਤ ਥੋੜ੍ਹਾ ਜਿਹਾ ਮਿਊਜ਼ਿਕ ਜਿਹੜਾ ਆਉਂਦਾ ਹੈ ਕਿਤੇ ਨਾ ਕਿਤੇ ਉਹ ਪ੍ਰੋਬਲਮ ਖੜੀ ਕਰਦਾ ਹੈ। ਇਸ ਲਈ ਤੁਸੀਂ ਜਿੰਨੇ ਵੀ ਦੋਸਤ ਚਾਹੇ ਆਪਣੇ ਸੁਣ ਰਹੇ ਨੇ ਯੂਟਿਊਬ ਦੇ ਉੱਤੇ ਵੀ, ਤਾਂ ਉਹ ਜ਼ਰੂਰ ਜਿਹੜਾ ਸ਼ਿਫਟ ਕਰ ਜਾਣ ਜਦੋਂ ਆਪਾਂ ਨਾਵਲ ਦੀ ਸ਼ੁਰੂਆਤ ਕਰਨੀ ਹੈ। ਅੱਜ ਉਮੀਦ ਹੈ ਬਹੁਤ ਦਿਲਚਸਪ ਜਿਹੜਾ ਅਖੀਰ ਹੋਵੇਗਾ, ਅਤੇ ਨਾਲ ਦੀ ਨਾਲ ਆਪਾਂ ਇਸ ਨਾਵਲ ਦੇ ਕਰਤਾ ਧਰਤਾ ਹਰਜੀਤ ਅਠਵਾਲ ਹੋਰਾਂ ਨੂੰ ਨਾਲ ਜੋੜਾਂਗੇ UK ਤੋਂ, ਉਹਨਾਂ ਦੇ ਨਾਲ 20-25 ਮਿੰਟ ਗੱਲਬਾਤ ਕਰਨ ਦਾ ਜਿਹੜਾ ਸਿਲਸਿਲਾ ਤੋਰਾਂਗੇ। ਅਤੇ ਤੁਸੀਂ ਆਪਣੇ ਜਿਹੜੇ ਫੋਨ ਤਿਆਰ ਕਰ ਲਓ, ਅਤੇ ਨਾਲ ਦੀ ਨਾਲ ਜਿਹੜੇ ਜੋ ਵੀ ਸਵਾਲ ਜਵਾਬ ਨੇ ਪੂਰਾ ਤੁਸੀਂ ਆਪਣਾ ਜਿਹੜਾ ਗੱਲਬਾਤ ਉਹਨਾਂ ਦੇ ਨਾਲ ਕਰ ਸਕੋਗੇ। ਅਤੇ ਬਹੁਤ ਸਾਰੇ ਦੋਸਤ ਜਿਹੜੇ ਸੁਣ ਰਹੇ ਨੇ ਜੀ ਯੂਟਿਊਬ ਦੇ ਉੱਤੇ ਵੀ, ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ, ਅਤੇ ਪ੍ਰੋਗਰਾਮ ਪਸੰਦ ਕਰਨ ਦੇ ਲਈ ਵੀ, ਅਤੇ ਸੁਨੇਹੇ ਵੀ ਤੁਸੀਂ ਜਿਹੜਾ ਭੇਜ ਸਕਦੇ ਹੋ, ਲਿਖ ਸਕਦੇ ਹੋ ਯੂਟਿਊਬ ਦੇ ਉੱਤੇ ਵੀ, ਅਤੇ ਫੇਸਬੁੱਕ ਦੇ ਉੱਤੇ ਵੀ। ਜਿਹੜਾ ਆਪਣਾ ਦੁਆਬਾ ਰੇਡੀਓ ਦਾ ਐਂਡਰੋਇਡ ਐਪ ਦਾ ਨੰਬਰ ਹੈ ਜੀ +358 44976, ਵਟਸਐਪ ਨੰਬਰ, ਉਸ ਦੇ ਉੱਤੇ ਕਾਲ ਕਰ ਸਕਦੇ ਹੋ, ਅਤੇ ਸੁਨੇਹਾ ਵੀ ਲਿਖਤੀ ਭੇਜ ਸਕਦੇ ਹੋ। ਲਓ ਜੀ ਹੁਣ ਕਰਦੇ ਹਾਂ ਆਪਾਂ ਆਗਾਜ਼, ਸਭ ਤੋਂ ਪਹਿਲਾਂ ਕੁਝ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ, ਇੰਟਰਨੈਸ਼ਨਲ ਖਬਰਾਂ ਕੀ ਕਹਿੰਦੀਆਂ ਨੇ ਅੱਜ ਦੀਆਂ, ਅਤੇ ਉਸ ਦੇ ਉੱਤੇ ਝਾਤ ਮਾਰ ਕੇ ਫਿਰ ਆਪਾਂ ਅੱਗੇ ਚੱਲਾਂਗੇ, ਅੱਗੇ ਜਾ ਕੇ ਆਪਾਂ ਨਾਵਲ ਦੀ ਗੱਲਬਾਤ ਕਰਾਂਗੇ। ਅਤੇ +358 44976 1962 ਜਿਹੜਾ ਸਟੂਡੀਓ ਦਾ ਨੰਬਰ ਬਰਕਰਾਰ ਇਸੇ ਤਰ੍ਹਾਂ ਤੁਹਾਡੇ ਲਈ ਖੁੱਲ੍ਹਾ ਰਹੇਗਾ। ਇੰਟਰਨੈਸ਼ਨਲ ਖਬਰਾਂ ਦੀ ਗੱਲ ਕਰੀਏ ਤਾਂ
ਜਿਹੜਾ ਬੈਂਕਿੰਗ ਸਿਸਟਮ ਤੋਂ ਆ ਰਹੀ ਹੈ। ਬੈਂਕਿੰਗ ਸੰਕਟ ਜਿਹੜਾ ਹੈ, ਰਘੂਰਾਮ ਰਾਜਨ ਨੇ ਦਿੱਤੀ ਹੈ ਚੇਤਾਵਨੀ, ਕਿਹਾ ਕਿ ਅਜੇ ਹੋਰ ਵਿਗੜ ਸਕਦੇ ਨੇ ਹਾਲਾਤ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੈਂਕਿੰਗ ਸੰਕਟ ਜਿਹੜਾ ਹੈ ਹੋਰ ਡੂੰਘਾ ਹੋ ਸਕਦਾ ਹੈ। ਹਾਲ ਹੀ ਦੇ ਵਿੱਚ ਅਮਰੀਕਾ ਦੇ ਵਿੱਚ ਦੋ ਵੱਡੇ ਬੈਂਕ ਢਹਿ ਢੇਰੀ ਹੋ ਗਏ ਨੇ ਅਤੇ ਯੂਰਪ ਦਾ ਪ੍ਰਮੁੱਖ ਬੈਂਕ ਕ੍ਰੈਡਿਟ ਸੁਇਸ ਜਿਹੜਾ ਵਿਕ ਗਿਆ ਹੈ। ਰਾਜਨ ਨੇ ਕਿਹਾ ਕਿ ਇੱਕ ਦਹਾਕੇ ਤੋਂ ਕੇਂਦਰੀ ਬੈਂਕਾਂ ਨੇ ਆਸਾਨ ਧਨ ਅਤੇ ਵੱਡੀ ਤਰਲਤਾ ਦੀ ਆਦਤ ਜਿਹੜੀ ਲਗਾ ਦਿੱਤੀ ਹੈ, ਹੁਣ ਉਹ ਨੀਤੀ ਸਖਤ ਕਰ ਰਹੇ ਨੇ ਅਤੇ ਜਿਸ ਨੇ ਵਿੱਤੀ ਪ੍ਰਣਾਲੀ ਦੇ ਵਿੱਚ ਸੰਕਟ ਪੈਦਾ ਕਰ ਦਿੱਤਾ ਹੈ। ਰਾਜਨ ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਮੁਖੀ ਨੇ ਅਤੇ ਅਰਥ ਸ਼ਾਸਤਰੀ ਵੀ ਰਹਿ ਚੁੱਕੇ ਨੇ। ਰਾਜਨ ਇਸ ਸਮੇਂ ਸ਼ਿਕਾਗੋ ਯੂਨੀਵਰਸਿਟੀ ਦੇ ਜਿਹੜਾ ਬੂਥ ਸਕੂਲ ਆਫ ਬਿਜ਼ਨਸ ਵਿੱਚ ਪੜ੍ਹਾ ਰਹੇ ਨੇ। ਰਾਜਨ 2013 ਦੇ ਵਿੱਚ ਤੋਂ ਲੈ ਕੇ 2016 ਤੱਕ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ ਨੇ ਅਤੇ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਰਾਜਨ ਨੇ ਕਿਹਾ ਕਿ ਮੈਨੂੰ ਬਿਹਤਰ ਸਥਿਤੀ ਦੀ ਉਮੀਦ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਕਟ ਹੋਰ ਡੂੰਘਾ ਨਜ਼ਰ ਦਿਖ ਰਿਹਾ ਹੈ ਆਉਂਦਾ। ਸ਼ੀ ਵੱਲੋਂ ਜਿਹੜਾ ਯੂਕਰੇਨ ਸ਼ਾਂਤੀ ਵਾਰਤਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਯੂਕਰੇਨ ਮੁੱਦੇ ਦੇ ਉੱਤੇ ਸ਼ਾਂਤੀ ਵਾਰਤਾ ਮੁੜ ਸ਼ੁਰੂ ਕਰਨ ਦਾ ਸੱਦਾ ਦਿੱਤਾ ਅਤੇ ਸ਼ੀ ਨੇ ਕਿਹਾ ਕਿ ਸ਼ਾਂਤੀ ਵਾਰਤਾ ਜਿੰਨੀ ਛੇਤੀ ਹੋ ਸਕੇਗੀ ਮੁੜ ਸ਼ੁਰੂ ਹੋਣੀ ਚਾਹੀਦੀ ਹੈ। ਚੀਨੀ ਆਗੂ ਨੇ ਕਿਹਾ ਕਿ ਸਾਰੀਆਂ ਧਿਰਾਂ ਦੇ ਜਾਇਜ਼ ਸੁਰੱਖਿਆ ਖਦਸ਼ਿਆਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਹਾਲਾਤ ਹੋਰ ਵਿਗੜਨਗੇ ਅਤੇ ਇਹ ਬੇਕਾਬੂ ਵੀ ਹੋ ਸਕਦੇ ਨੇ। ਉਹਨਾਂ ਭੋਜਨ ਅਤੇ ਊਰਜਾ ਸਪਲਾਈ ਦੇ ਵਿੱਚ ਪੈ ਰਹੇ ਅੜਿੱਕੇ ਨੂੰ ਘਟਾਉਣ ਦੇ ਵਿੱਚ ਸਹਿਯੋਗ ਦੇਣ ਦਾ ਸੱਦਾ ਵੀ ਦਿੱਤਾ ਹੈ। ਉਹਨਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਨੂੰ ਜੰਗ ਖਤਮ ਕਰਨ ਦੀ ਮੱਤ ਦੇਣ ਅਤੇ ਯੂਕਰੇਨ ਦੇ ਵਿੱਚ ਸ਼ਾਂਤੀ ਦਾ ਮਾਹੌਲ ਜਿਹੜਾ ਬਹਾਲੀ ਦੇ ਯਤਨਾਂ ਦਾ ਵਿੱਚ ਯੋਗਦਾਨ ਪਾਉਣ। ਮੈਕਰੋ ਨੇ ਸੰਯੁਕਤ ਰਾਸ਼ਟਰ ਚਾਰਟਰ ਤਹਿਤ ਚੀਨੀ ਹਮਾਇਤ ਦੀ ਮੰਗ ਵੀ ਕੀਤੀ ਹੈ ਤਾਂ ਜੋ ਕਿਸੇ ਮੁਲਕ ਦੀ ਖੁਦਮੁਖਤਿਆਰੀ ਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾ ਸਕੇ। ਉਹਨਾਂ ਇੱਥੇ ਸ਼ੀ ਜਿਨਪਿੰਗ ਦੇ ਨਾਲ ਮੀਟਿੰਗ ਦੇ ਦੌਰਾਨ ਕਿਹਾ ਕਿ ਰੂਸੀ ਰਾਸ਼ਟਰਪਤੀ ਵੱਲੋਂ ਯੂਕਰੇਨ 'ਤੇ ਹਮਲੇ ਨਾਲ ਸ਼ਾਂਤੀ ਅਤੇ ਸਥਿਰਤਾ ਖਤਰੇ ਦੇ ਵਿੱਚ ਪੈ ਗਈ ਹੈ। ਇਸ ਚੀਨ ਨੇ ਫਰਵਰੀ 2022 ਦੇ ਹਮਲੇ ਤੋਂ ਪਹਿਲਾਂ ਰੂਸ ਦੇ ਨਾਲ ਦੋਸਤੀ ਦਾ ਇਜ਼ਹਾਰ ਕੀਤਾ ਸੀ ਪਰ ਉਹਨਾਂ ਨੇ ਉਸ ਨੇ ਖੁਦ ਨੂੰ ਨਿਰਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਕਰੋ ਨੇ ਕਿਹਾ ਕਿ ਸਾਨੂੰ ਸ਼ਾਂਤੀ ਬਹਾਲੀ ਦਾ ਰਾਹ ਲੱਭਣਾ ਪਵੇਗਾ। ਮੇਰੇ ਵਿਚਾਰ ਦੇ ਨਾਲ ਇਹ ਫਰਾਂਸ ਅਤੇ ਯੂਰਪ ਵਾਂਗ ਚੀਨ ਦੇ ਲਈ ਵੀ ਅਹਿਮ ਮੁੱਦਾ ਹੈ। ਸ਼ੀ ਨੇ ਯੂਕਰੇਨ ਜਾਂ ਰੂਸ ਦਾ ਨਾਮ ਨਹੀਂ ਲਿਆ ਹੈ ਪਰ ਉਹਨਾਂ ਫਰਾਂਸ ਦੇ ਨਾਲ ਸੰਬੰਧਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਮੈਕਰੋ ਨੇ ਚੀਨੀ ਪ੍ਰਧਾਨ ਮੰਤਰੀ ਲੀ ਸ਼ਿਆਂਗ ਦੇ ਨਾਲ ਮੀਟਿੰਗ ਦੇ ਦੌਰਾਨ ਕਿਹਾ ਸੀ ਕਿ ਫਰਾਂਸ ਸਾਰੇ ਵੱਡੇ ਸੰਘਰਸ਼ਾਂ ਦੇ ਨਾਲ ਸਿੰਜਣ ਦੇ ਲਈ ਸਾਂਝਾ ਰਾਹ ਅਪਣਾਉਣਾ ਚਾਹੁੰਦਾ ਹੈ। ਲੀ ਨੇ ਕਿਹਾ ਕਿ ਮੈਕਰੋ ਅਤੇ ਸ਼ੀ ਵਿਚਕਾਰ ਸਰਬਸੰਮਤੀ ਬਣਨ ਦੀ ਪੂਰੀ ਸੰਭਾਵਨਾ ਹੈ ਪਰ ਇਸਦਾ ਕੋਈ ਵੀ ਸੰਕੇਤ ਨਹੀਂ ਦਿੱਤਾ ਗਿਆ ਕਿ ਚੀਨ ਸ਼ਾਂਤੀ ਕਾਇਮ ਕਰਨ ਦੇ ਲਈ ਰੂਸ ਦੇ ਨਾਲ ਕੋਈ ਗੱਲਬਾਤ ਕਰੇਗਾ ਜਾਂ ਨਹੀਂ। ਲੀ ਨੇ ਕਿਹਾ ਹੈ ਕਿ ਚੀਨ ਫਰਾਂਸ ਅਤੇ ਯੂਰਪ ਵੱਲੋਂ ਆਲਮੀ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੇ ਨਾਲ ਹਾਂ ਪੱਕੀ ਸੰਕੇਤ ਜਾਵੇਗਾ ਅਤੇ ਮੈਕਰੋ ਦੇ ਨਾਲ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵੌਨ ਡੇਰ ਲਿਆਇਨ ਵੀ ਚੀਨ ਦੇ ਦੌਰੇ 'ਤੇ ਸਨ। ਇਮਰਾਨ ਨੂੰ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਅਤੇ ਰੁਤਬੇ ਦੇ ਮੁਤਾਬਕ ਸੁਰੱਖਿਆ ਦਿੱਤੀ ਜਾਵੇ ਇਹ ਗੱਲ ਕਹਿ ਦਿੱਤੀ ਹੈ ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ ਨੇ। ਅੱਜ ਕਿਹਾ ਕਿ ਇਮਰਾਨ ਖਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਵਜੋਂ ਉਹਨਾਂ ਦੇ ਰੁਤਬੇ ਦੇ ਮੁਤਾਬਕ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਤਹਿਰੀਕ ਏ ਇਨਸਾਫ਼ PTI ਪਾਰਟੀ ਮੁਖੀ ਇਮਰਾਨ ਖਾਨ ਦੀ ਉਸ ਅਪੀਲ ਦੇ ਉੱਤੇ ਸੁਣਵਾਈ ਦੇ ਦੌਰਾਨ ਇਸ ਨੂੰ ਟਿੱਪਣੀ ਨੂੰ ਕੀਤਾ ਹੈ ਜਿਸ ਦੇ ਵਿੱਚ ਗ੍ਰਹਿ ਮੰਤਰੀ ਰਾਣਾ ਸਨਾਉਲਾ ਵੱਲੋਂ ਕਥਿਤ ਧਮਕੀ ਦਿੱਤੇ ਜਾਣ ਮਗਰੋਂ ਉਹਨਾਂ ਨੇ ਢੁੱਕਵੀਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਅਖਬਾਰ ਦੀ ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਦੇ ਮੁਤਾਬਕ ਅਦਾਲਤ ਨੇ ਅੱਜ ਸੁਣਵਾਈ ਦੇ ਦੌਰਾਨ ਮੌਜੂਦਾ ਸੁਰੱਖਿਆ ਨਿਯਮਾਂ ਬਾਰੇ ਪੁੱਛਿਆ ਹੈ ਅਤੇ ਨਾਲ ਹੀ ਇਮਰਾਨ ਖਾਨ 70 ਸਾਲਾਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਬਾਰੇ ਵੀ ਜਾਣਕਾਰੀ ਲਈ ਹੈ। ਤਾਲਿਬਾਨ ਵੱਲੋਂ ਅਫਗਾਨ ਔਰਤਾਂ ਨੂੰ ਕੰਮ ਕਰਨ ਤੋਂ ਰੋਕਣ ਦਾ ਫੈਸਲਾ ਸਵੀਕਾਰ ਨਹੀਂ ਹੈ ਸੰਯੁਕਤ ਰਾਸ਼ਟਰ ਦਾ ਇਹ ਕਹਿਣਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਅਫਗਾਨ ਔਰਤਾਂ ਔਰਤ ਕੰਮ ਚਾ
ਕਰਮਚਾਰੀਆਂ ਨੂੰ UN ਦੇ ਵਿੱਚ ਕੰਮ ਕਰਨ ਤੋਂ ਰੋਕਣ ਦੇ ਤਾਲਿਬਾਨ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸ ਨੂੰ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਸੱਤਾਧਾਰੀ ਤਾਲਿਬਾਨ ਨੇ ਉਸ ਨੂੰ ਦੱਸਿਆ ਕਿ ਆਲਮੀ ਸੰਸਥਾ ਦੇ ਲਈ ਅਫਗਾਨ ਮਹਿਲਾਵਾਂ ਦੇ ਕੰਮ ਕਰਨ 'ਤੇ ਰੋਕ ਲਾ ਦਿੱਤੀ ਗਈ। ਤਾਲਿਬਾਨ ਨੇ ਮੰਗਲਵਾਰ ਤੋਂ ਪਹਿਲਾਂ ਅਫਗਾਨ ਔਰਤਾਂ ਅਤੇ ਕੌਮੀ ਅਤੇ ਕੌਮਾਂਤਰੀ ਗੈਰ ਸਰਕਾਰੀ ਸੰਗਠਨਾਂ ਦੇ ਲਈ ਕੰਮ ਕਰਨ 'ਤੇ ਰੋਕ ਲਾ ਦਿੱਤੀ ਸੀ, ਪਰ ਸੰਯੁਕਤ ਰਾਸ਼ਟਰ ਜਿਹੜਾ ਹੈ ਰਾਸ਼ਟਰ ਲਈ ਕੰਮ ਕਰਨ 'ਤੇ ਰੋਕ ਨਹੀਂ ਸੀ। ਤਾਲਿਬਾਨ ਵੱਲੋਂ ਪੁਰਾਣੇ ਹੁਕਮ ਨੂੰ ਇਸ ਹਫ਼ਤੇ ਬਦਲ ਦਿੱਤਾ ਗਿਆ ਅਤੇ ਸੰਯੁਕਤ ਰਾਸ਼ਟਰ ਮਿਸ਼ਨ ਨੇ ਬੁੱਧਵਾਰ ਨੂੰ ਆਖਿਆ ਹੈ ਕਿ ਇਹ ਪਾਬੰਦੀ ਕੌਮਾਂਤਰੀ ਕਾਨੂੰਨ ਮੁਤਾਬਕ ਗੈਰ ਕਾਨੂੰਨੀ ਹੈ ਅਤੇ ਆਲਮੀ ਸੰਸਥਾ ਇਸ ਨੂੰ ਸਵੀਕਾਰ ਨਹੀਂ ਕਰ ਸਕਦੀ ਹੈ। ਦੂਜੇ ਪਾਸੇ ਤਾਲਿਬਾਨ ਨੇ ਆਪਣੇ ਇਸ ਕਦਮ 'ਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ। ਬਿਆਨ ਦੇ ਮੁਤਾਬਕ UN ਦੀਆਂ ਕਈ ਮਹਿਲਾ ਕਰਮਚਾਰੀਆਂ ਨੇ ਪਹਿਲਾਂ ਹੀ ਉਹਨਾਂ ਨੂੰ ਕੰਮ 'ਤੇ ਆਉਣ ਤੋਂ ਰੋਕਣ, ਹਿਰਾਸਤ ਦੇ ਵਿੱਚ ਲੈਣ ਅਤੇ ਧਮਕੀਆਂ ਦੇਣ ਅਤੇ ਜਿਨਸੀ ਸ਼ੋਸ਼ਣ ਆਦਿ ਬਾਰੇ ਜਾਣਕਾਰੀ ਦਿੱਤੀ ਸੀ। ਬਿਆਨ ਦੇ ਵਿੱਚ ਆਖਿਆ ਗਿਆ ਕਿ ਇਸ ਕਰਕੇ ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੇ ਵਿੱਚ ਆਪਣੇ ਸਾਰੇ ਕਰਮਚਾਰੀ ਪੁਰਸ਼ਾਂ ਅਤੇ ਔਰਤਾਂ ਨੂੰ ਅਗਲੀ ਸੂਚਨਾ ਤੱਕ ਦਫ਼ਤਰ ਨਾ ਆਉਣ ਦਾ ਨਿਰਦੇਸ਼ ਦਿੱਤਾ ਹੈ ਅਤੇ ਤਾਲਿਬਾਨ ਦੇ ਇਸ ਫੈਸਲੇ ਦੀ ਦੁਨੀਆ ਦੇ ਕਈ ਸੰਗਠਨਾਂ ਨੇ ਮਹਿਲਾ ਕਰਮੀਆਂ ਤੋਂ ਪਾਬੰਦੀ ਹਟਾਉਣ ਦੀ ਮੰਗ ਵੀ ਕੀਤੀ ਹੈ। ਅਮਰੀਕਾ ਤੋਂ ਅਗਲੀ ਖਬਰ ਹੈ, ਅਮਰੀਕਾ ਦੇ ਵਿੱਚ ਬਜ਼ੁਰਗਾਂ ਦੇ ਨਾਲ ਆਨਲਾਈਨ ਠੱਗ ਜਿਹੜਾ ਠੱਗੀ ਮਾਰਨ ਦੇ ਭਾਰਤੀ ਜਿਹੜਾ ਵਿਅਕਤੀ ਨੂੰ 33 ਮਹੀਨਿਆਂ ਦੀ ਕੈਦ ਅਤੇ $24 ਲੱਖ ਜੁਰਮਾਨਾ ਹੋਇਆ ਹੈ। ਨਹੀਂ ਟਲਦੇ ਜੀ, ਅਮਰੀਕਾ ਦੇ ਵਿੱਚ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਦੇ ਨਾਲ ਧੋਖਾਧੜੀ ਦੇ ਮਾਮਲੇ ਦੇ ਵਿੱਚ 33 ਮਹੀਨਿਆਂ ਦੀ ਕੈਦ ਅਤੇ $24 ਲੱਖ ਦਾ ਜੁਰਮਾਨਾ ਕੀਤਾ ਗਿਆ ਅਤੇ ਸਜ਼ਾ ਸੁਣਾਈ ਗਈ। ਆਸ਼ੀਸ਼ ਬਜਾਜ 29 ਸਾਲਾਂ ਨੇ ਪਿਛਲੇ ਸਾਲ 4 ਅਗਸਤ ਨੂੰ ਨਿਵਾਰਕ ਸੰਘੀ ਅਦਾਲਤ ਦੇ ਵਿੱਚ ਜ਼ਿਲ੍ਹਾ ਜੱਜ ਕੇਵਿਨ ਮੈਕਨਲਟੀ ਦੇ ਸਾਹਮਣੇ ਆਨਲਾਈਨ ਧੋਖਾਧੜੀ ਦੀ ਸਜ਼ਾ ਰਚਨ ਦਾ ਸਾਜ਼ਿਸ਼ ਰਚਨ ਦਾ ਜਿਹੜਾ ਦੋਸ਼ ਕਬੂਲ ਕਰ ਲਿਆ। ਅਤੇ ਲਓ ਦੋਸਤੋ, ਇਹ ਸਨ ਅਖਬਾਰੀ ਖਬਰਾਂ ਦੇ ਉੱਤੇ ਚਾਹ ਦੁਨੀਆ ਦੇ ਕੋਨੇ ਕੋਨੇ ਤੋਂ। ਇੱਕ ਸਮਾਂ ਹੋ ਗਿਆ ਆਪਣਾ ਹੁਣ ਛੋਟੇ ਜਿਹੇ ਬ੍ਰੇਕ ਦਾ, ਅਤੇ ਨਾਲ ਦੀ ਨਾਲ ਆਪਾਂ ਅਗਲੀਆਂ ਗੱਲਾਂ ਬਾਤਾਂ ਕਰਨੀਆਂ ਨੇ ਨਾਵਲ ਦੀਆਂ। ਅਤੇ ਇੱਕ ਘੰਟੇ ਦਾ ਪ੍ਰੋਗਰਾਮ ਆਪਣਾ ਸਮਾਪਤ ਹੋ ਚੁੱਕਿਆ ਅਤੇ ਇੱਕ ਘੰਟਾ ਸਵਾ ਘੰਟਾ ਇਸੇ ਤਰ੍ਹਾਂ ਤੁਹਾਡਾ ਅਤੇ ਮੇਰਾ ਰਾਬਤਾ ਬਣਿਆ ਰਹੇਗਾ। +358 44 976 1962 ਜਿਹੜਾ ਸਟੂਡੀਓ ਦਾ ਨੰਬਰ ਜ਼ਰੂਰ ਨੋਟ ਕਰੋ, ਅਤੇ ਅਗਲੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਨਾਵਲ ਦੀਆਂ ਕਰਨੀਆਂ, ਅਤੇ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਅਤੇ ਇਸੇ ਤਰ੍ਹਾਂ ਤੁਹਾਡਾ ਅਤੇ ਮੇਰਾ ਰਾਬਤਾ ਜਿਹੜਾ ਬਣਿਆ ਰਹੇਗਾ। ਸਾਨੂੰ ਸਪੋਰਟ ਕੀਤਾ ਹੈ ਦੁਆਬਾ ਰੇਡੀਓ ਦੇ ਮੰਚ ਨੂੰ ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਸਿਕੰਦਰ ਸਿੰਘ ਔਜਲਾ, ਸੁਰਿੰਦਰ ਕੌਰ ਮਾਹਲ ਜੀ, ਨਾਰ ਸਿੰਘ ਸੋਈ ਸਾਹਿਬ, ਜਗਦੇਵ ਸੰਧੂ ਜੀ ਅਤੇ ਯਾਦਵਿੰਦਰ ਵਿਦੇਸ਼ਾ, ਉਹਨਾਂ ਦਾ ਧੰਨਵਾਦ ਹੈ। ਅਤੇ ਤੁਸੀਂ ਵੀ ਇਸਦਾ ਹਿੱਸਾ ਬਣ ਸਕਦੇ ਹੋ ਅਤੇ dwabareadio.com ਵੈਬਸਾਈਟ ਦੇ ਉੱਤੇ ਜਾ ਕੇ ਪੇਪਾਲ ਦੇ ਜ਼ਰੀਏ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ ਅਤੇ ਸਬਸਕ੍ਰਾਈਬ ਕਰ ਸਕਦੇ ਹੋ। ਪ੍ਰੋਗਰਾਮ ਚੰਗਾ ਲੱਗ ਰਿਹਾ ਤਾਂ ਅੱਗੇ ਤੋਂ ਅੱਗੇ ਜ਼ਰੂਰ ਸਾਂਝਾ ਕਰ ਦਿਆ ਕਰੋ, ਅਤੇ ਜਿਹੜੇ ਦੋਸਤ ਕੋਲ ਆਪਣਾ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰਦੇ ਨੇ, ਐਡਵਰਟਾਈਜ਼ਮੈਂਟ, ਮਸ਼ਹੂਰੀ, ਪ੍ਰਮੋਸ਼ਨ ਕਰਾਉਣਾ ਚਾਹੁੰਦੇ ਨੇ, ਉਹਨਾਂ ਦੋਸਤਾਂ ਦਾ ਵੀ ਦਿਲ ਖੋਲ੍ਹ ਕੇ ਅਤੇ ਦਰਵਾਜ਼ੇ ਖੁੱਲ੍ਹੇ ਨੇ, ਬਹੁਤ ਹੀ ਵਾਜਬ ਅਤੇ ਸਹੀ ਜਿਹੜੀਆਂ ਵਾਜਬ ਅਤੇ ਸਹੀ ਜਿਹੜੇ ਰੇਟ ਪ੍ਰਾਈਜ਼ ਰੱਖੇ ਨੇ, ਅਤੇ ਤੁਸੀਂ ਸਹੂਲਤ ਲੈ ਸਕਦੇ ਹੋ ਅਤੇ ਆਪਣਾ ਕਾਰੋਬਾਰ ਦੁਨੀਆ ਦੇ ਕੋਨੇ ਕੋਨੇ ਤੱਕ ਜਿਹੜਾ ਪਹੁੰਚਾ ਸਕਦੇ ਹੋ। ਅਤੇ ਲਓ ਅਗਲੀਆਂ ਗੱਲਾਂ ਬਾਤਾਂ ਜਿਹੜੀਆਂ ਨਾਵਲ ਦੀਆਂ ਕਰਦੇ ਹਾਂ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1962 ਸਟੂਡੀਓ ਦਾ ਨੰਬਰ ਹੈ, ਅਤੇ ਗੱਲਬਾਤ ਕਰਦੇ ਹਾਂ, ਪਰ ਇੱਕ ਛੋਟਾ ਜਿਹਾ ਬ੍ਰੇਕ ਵੀ ਲੈਂਦੇ ਹਾਂ। ਬ੍ਰੇਕ ਦੇ ਵਿੱਚ ਜਿਹੜਾ ਅੱਗੇ ਜਾ ਕੇ ਆਪਾਂ ਯੂਟਿਊਬ ਤੋਂ ਵੀ ਸਵਿੱਚ ਜਿਹੜਾ ਹੋਫ ਹੋ ਜਾਂਦੇ ਹਾਂ, ਅਤੇ ਫੇਸਬੁੱਕ ਦੇ ਉੱਤੇ ਅਤੇ ਐਂਡਰੋਇਡ ਐਪ ਦੇ ਉੱਤੇ ਅਤੇ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਦਾ ਭਰਪੂਰ ਤੁਸੀਂ ਇਸੇ ਤਰ੍ਹਾਂ ਆਨੰਦ ਜਿਹੜਾ ਮਾਣਦੇ ਰਹੋਗੇ। ਅਤੇ ਬਾਕੀ ਇੱਕ ਛੋਟਾ ਜਿਹਾ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਅਗਲੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਿਹੜਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਵੱਧ ਤੋਂ ਵੱਧ ਅੱਜ ਕੋਸ਼ਿਸ਼ ਤੁਹਾਨੂੰ ਵੀ ਜੋੜਨ ਦੀ ਰਹੇਗੀ। ਜੇਕਰ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਗੱਲਾਂ ਬਾਤਾਂ ਤਾਂ ਜ਼ਰੂਰ ਕਾਲ ਕਰਕੇ ਵੀ ਦੱਸ ਸਕਦੇ ਹੋ, ਅਤੇ ਆਪਾਂ ਲਵਾਂਗੇ ਜੀ ਹਰਜੀਤ ਟਵਾਲ ਉਹਨਾਂ ਨੂੰ ਨਾਲ ਅੱਜ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਵੀ ਚਲਾਉਣ ਦੀ ਕੋਸ਼ਿਸ਼ ਫੁੱਲ ਰਹੇਗੀ। ਅਗਲੀ ਗੱਲਬਾਤ ਜਿਹੜੀ ਆਪਾਂ ਨਾਵਲ ਦੀ, ਜਿੰਨਾ ਬਾਕੀ ਸਮਾਂ ਬਚੇਗਾ ਉਸ ਦੇ ਵਿੱਚ ਹੋਰ ਕੋਈ ਜਾਣਕਾਰੀਆਂ ਅਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਮਿਲਦੇ ਹਾਂ ਇੱਕ ਛੋਟੇ ਜਿਹੇ ਆਪਾਂ ਬ੍ਰੇਕ ਤੋਂ ਬਾਅਦ, ਅਤੇ ਫੇਸਬੁੱਕ ਦੇ ਉੱਤੇ ਅਤੇ ਯੂਟਿਊਬ ਦੇ ਉੱਤੇ ਪ੍ਰੋਗਰਾਮ ਲਾਈਵ ਚੱਲ ਰਿਹਾ। ਬੇਨਤੀ ਹੈ ਕਿ ਤੁਸੀਂ ਜਿਹੜਾ ਯੂਟਿਊਬ ਵਾਲੇ ਦੋਸਤ ਜਿੰਨੇ ਵੀ ਨੇ, ਜੇਕਰ ਨਾਵਲ ਨੂੰ ਸੁਣਨਾ ਚਾਹੁੰਦੇ ਹੋ, ਪਸੰਦ ਕਰਦੇ ਹੋ, ਤਾਂ ਤੁਸੀਂ ਜਿਹੜਾ ਫੇਸਬੁੱਕ ਦੇ ਉੱਤੇ ਸ਼ਿਫਟ ਕਰ ਸਕਦੇ ਹੋ। ਅਤੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ। ਬੈਸਟ ਫੂਡ ਕਿਚਨ ਕੈਬਿਨੇਟਸ ਐਲਡੀਡੀ ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ
fire placement, vanities and bars. We do whole renovation. Contact us on office.bestwood@gmail.com or call Vic Paraj 604-377-1092, British Columbia. Bestwood Kitchen Cabinets, LTD. Chicago's Pizza with a twist in your town. 8300 Sierra College Boulevard, Roseville, California. Wedge and non-wedge pizzas. Home delivery available with one phone call 1916-791-0102. Open every day. Chicago's Pizza with a twist. जी दोस्तों, सारे दोस्तों का फिर तो एक बार निघा स्वागत है। तो प्रोग्राम चल रहा जिंदगीनामा हाले दुनिया, तो मैं तुहाडा दोस्त भुपिंदर भारज। गल्लां बातां दा सिलसिला अगे करदिआं शुरू तुहाडे नाल नावल दी गल चलेगी। नावल दे विच तुहाडे नाल गलबात जिहड़ी होवेगी, जिस दे विच आपां रिश्तिआं दी होर सारे समाजिक जिहड़े गल्लां बातां ने, जो कुछ हालात दुनिया दे विच नज़र आउंदे ने, जां रिश्ते नातिआं दे विच जो चीज़ां सानूं नज़र आउंदियां ने, उसकी बात पाउंदी है गलबात है नावल की। हरजीत अटवाल हुणां दी कलम दे विचों नावल रेत हर हफ्ते फ्राइडे वाले दिन तुहाडे नाल सांझा करदे आ। इस दे 19 भाग जिहड़े तुहाडे लई पेश कर चुके हैं, तो अज अखीरला भाग इस नावल का जिहड़ा तुहाडे सामने रख रहे हैं। तो जरूर जिन्हें भी दोस्त प्रोग्राम नूं सुन रहे ने, जिन्हें भी दोस्त अपने यूट्यूब दे उत्ते जुड़े ने, बेनती है कि तुसीं जेकर नावल नूं भी इसे तरह सुनना चाहते हो, जुड़े रहो नाल ही। तो फेसबुक के उत्ते तुसीं शिफ्ट कर सकते हो, तो प्रोग्राम का भरपूर इस तरह जिहड़ा आनंद जिहड़ा तुसीं माण सकदे हो। तुहाडा ते मेरा राबता इस तरह बरकरार रहेगा होर सवा घंटा तकरीबन, तो गल्लां बातां तुहाडे नाल करदिआं शुरू इस नावल दे विचों। थोड़ा जिहा तुहानू पिछे भी लैके चलांगे, जो कुछ हालात पिछले समय दे विच इत्थे इस नावल दे विच बणदे ने, जो कुछ भी विचरदा है, अगे गल्लां बातां चलदियां ने, उस दे विचों झात पाउंदे आ तुहाडे नाल। तो लाइना तुहाडे लई खुल्लियां ने, +358 44 976 1962 स्टूडियो का नंबर है। तो अपने नाल जुड़नगे हरजीत अटवाल साहब इस नावल की समाप्ति तो बाद जी, तो तुहाडे सब की उड़ीक इस दे विच रहेगी। +358 44 976 1962 स्टूडियो का नंबर जरूर नोट कर लो। लो जी फिर चलते हैं आपां नावल दे वल। तो सब तो पहला जिन्हें भी दोस्त शिफ्ट कर जाण अपने फेसबुक के उत्ते, तो यूट्यूब के उत्ते इस वक्त प्रोग्राम जिहड़ा तुहाडे लई स्विच ऑफ हो चुका है जी। तो फेसबुक के उत्ते वैबसाइट